ਚੋਰੀ ਮੀਰ ਖਾਨ ਨੇ ਆਖਿਆ ਕਿ ਤੇਰਾ ਮੇਰਾ ਸਿਰ ਦਾ ਵੈਰ ਹੈ, ਢੱਗਿਆਂ ਦਾ ਵੈਰ ਨਹੀਂ ਤੇਰਾ ਮੇਰਾ। ਉਹਨੇ ਆਹ ਕਦੋਂ ਕਦੋਂ ਇਹਨੇ ਚਿਹਨੂੰ ਉਹ ਗੱਲ ਨਹੀਂ ਸੀ ਸਮਝਦਾ ਕਿ ਮੈਨੂੰ ਪੁੱਛਣ ਦੇਵੇ। ਹਾਂਜੀ, ਇੱਥੇ ਗੱਲ ਹੋਈ, ਪਿੰਡ ਸਾਰਾ ਬੈਠਾ ਸੀ, ਅੰਗਰੇਜ਼ ਦੌਰ ਸੀ ਉਦੋਂ। ਉਹਨੇ ਆਖਿਆ ਕਦੋਂ ਗੋਵਾ, ਸਾਡੇ ਬਜ਼ੁਰਗ ਆਖਿਆ ਕਿ ਵਾਅਦਾ ਤਾਂ ਅੱਲਾ ਦਾ ਸੱਚਾ ਹੁੰਦਾ। ਦਿਨ ਸੀ ਬੈਠੇ ਸੀ, ਪਰੇ ਬੈਠੇ ਸੀ। ਉਹਨੇ ਆਖਿਆ ਅੱਠਵੇਂ ਦਿਨ ਤੋਂ ਨਵਾਂ ਦਿਨ ਹੋ ਗਈ ਅਤੇ ਸਮਝੀ ਕਿ ਮੈਂ ਆਪਣੀ ਆਈ ਨਾ ਮਰ ਗਿਆ, ਅਤੇ ਜੇ ਮੈਂ ਅੱਠਾਂ ਦਿਨਾਂ ਤੈਨੂੰ ਮਾਰ ਕੱਟਿਆ ਤਾਂ ਫਿਰ ਤੂੰ ਸਮਝੀ ਕਿ ਮੈਂ ਆਪਣੇ ਪਿਓ ਦਾ ਵੈਰ ਲੈ, ਪੂਰੀ ਪੰਜਾਬ ਦੇ ਵਿੱਚ। ਹਾਂਜੀ, ਉਹਦੀ ਮੰਜੀ 'ਤੇ ਆ ਕੇ ਪਿਆ ਕਿਤੇ ਟੋਕਿਆਂ ਨਾਲ ਉਹਨੂੰ ਨਾ ਵੱਢਿਆ ਸੀ। ਸਵੇਰੇ ਮੋਇਆ ਸੀ, ਰਾਤੀ ਨਹੀਂ ਸੀ ਮੋਇਆ, ਸਵੇਰੇ ਮੋਇਆ ਸੀ, ਕਿਉਂਕਿ ਗੱਲਾਂ ਬਾਤਾਂ ਕਰਦਾ ਸੀ। ਸਵੇਰੇ ਬੰਤਾ ਸਿੰਘ ਵੇਖਿਆ, ਵੇਖ ਕੇ ਸੰਤਾ ਸਿੰਘ ਨੇ ਆਖਿਆ ਕਿ ਸਰਦਾਰ ਨੂੰ ਜਿਹੜਾ ਲਾਮੇ ਕਰ ਲਓ, ਇਹਦਾ ਦਿਲ ਥੋੜ੍ਹਾ। ਜਿਹਨੂੰ ਟੋਕੇ ਲੱਗੇ ਸਨ ਨਾ, ਉਹ ਆਉਂਦਾ ਹੈ ਕਿ ਬੰਤਾ ਸਿੰਘ ਨੂੰ ਸਰਦਾਰ ਨੂੰ ਲਾਮੇ ਕਰ ਲਓ, ਇਹਦਾ ਦਿਲ ਥੋੜ੍ਹਾ ਜਿਹੜਾ। ਸਰਦਾਰ ਇਹ ਗੱਲ ਉਹਨੂੰ ਆਉਂਦਾ ਹੈ ਕਿ ਮੈਂ ਤੇਰੇ ਵਿਆਹ ਪਤਾ ਨਹੀਂ ਕਿੰਨੇ ਕਰਨੇ ਨੇ, ਤੂੰ ਨਹੀਂ ਵੇਖਣਾ ਆ ਕੇ। ਪਰਾ ਸਿੰਘ ਉਹ ਰਾਜਾ ਸਿੰਘ ਦਾ ਪੁੱਤਰ ਸੀ, ਕਪੂਰ ਸਿੰਘ ਉਹ ਵੀ ਰਾਜਾ ਸਿੰਘ ਦਾ ਪੁੱਤਰ ਸੀ, ਹੈਂ, ਮਾਨ ਸਿੰਘ ਉਹ ਵੀ ਰਾਜਾ ਸਿੰਘ ਦਾ ਪੁੱਤਰ ਸੀ ਜੀ। ਇਹ ਮੇਰੇ ਨਾਲ ਇੱਥੇ ਅਸੀਂ ਇਕੱਠੇ ਹੁੰਦੇ ਅੱਗੇ ਖੇਡਦੇ ਹੁੰਦੇ ਪੂਰੇ। ਸਰਦਾਰ ਨੇ ਆਖਿਆ ਕਿ ਮੈਂ ਦੁਨੀਆ ਛੱਡ ਜਾਂਦਾ ਤਾਂ ਮੈਨੂੰ ਛੱਡ ਜਾ। ਇਹਨਾਂ ਉਹਨੂੰ ਆਖਿਆ ਕਿ ਗੱਲ ਸੁਣ, ਦੁਨੀਆ ਮੈਂ ਤੈਨੂੰ ਉਂਝ ਛੱਡਾ ਛੱਡਣੀ ਹੈ, ਮੇਰਾ ਪਿਓ ਤਰਲਾ ਕਰਕੇ ਨਹੀਂ ਮੋਇਆ ਤੇ ਤਰਲਾ ਨਾ ਕਰ, ਮੈਂ ਛੱਡਣਾ ਤੈਨੂੰ ਕੋਈ ਨਹੀਂ। ਹਾਂਜੀ, ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਹੈ ਜੀ ਪਿੰਡ ਮੰਜਵਾਲਾ, ਮੰਜਵਾਲੀ ਵੀ ਕਹਿੰਦੇ ਨੇ ਇਹਨੂੰ। ਜਾਗੋ ਵਾਲੇ ਬੱਬਰ ਤੇ ਧਾਰੋ ਕੇ।
ਜਫਰਾਬਾਦ ਨਤ ਸੁਜਾ ਜਾਗੋਵਾਲ ਵੀ ਨੇੜੇ ਹੀ ਹੈ ਜੀ ਤੇ ਇਹਦੀ ਤਹਿਸੀਲ ਕਿਹੜੀ ਹੈ ਹੁਣ ਤਾਂ ਨਿਸ਼ਾਰੀ ਹੈ ਪਹਿਲਾਂ ਤਹਿਸੀਲ ਗੁਜਰਾਂ ਹੁੰਦਾ ਸੀ ਅੱਛਾ ਜ਼ਿਲ੍ਹਾ ਗੁਜਰਾਂ ਵਾਲੀ ਹੈ ਜੀ ਸਹੀ ਹੋ ਗਿਆ ਇਸ ਪਿੰਡ ਦੀ ਤਾਰੀਖ ਪੁੱਛਣੀ ਤੁਹਾਡੇ ਕੋਲ ਜੀ ਇੱਥੇ ਕਿਹੜੇ ਕਿਹੜੀਆਂ ਕੌਮਾਂ ਵਾਸ ਸੀ 47 ਤੋਂ ਪਹਿਲੇ ਇੱਥੇ ਜੀ ਆਮ ਮਾਲਕ ਜਿਹੜੇ ਹਨ ਉਹ ਟਿੱਲੀ ਬਾਦਸ਼ਾਹ ਨੇ ਸਾਰੇ ਟਿੱਲੂ ਜੱਟ ਹਾਂ ਟਿੱਲੂ ਜੱਟ ਸਹੀ ਹੋ ਗਿਆ ਦੂਜੇ ਕਮੀਆਂ ਕੌਮ ਸਨ ਮੋਚੀ ਵੀ ਸਨ ਜਲਾਹ ਵੀ ਸਨ ਤੇ ਮਾਛੀ ਵੀ ਸਨ ਘੁਮਿਆਰ ਵੀ ਸਨ ਉਹ ਤਾਂ ਸਾਰੀਆਂ ਕੌਮਾਂ ਵਿੱਚ ਸਨ ਚੌਧਰ ਜਿਹੜੀ ਚੌਧਰੀ ਮੱਲੇ ਖਾਨ ਦੀ ਸੀ ਸ਼ੁਰੂ ਤੋਂ ਲੱਗ ਕੇ ਸਿੱਖਾਂ ਨੇ ਹੁੰਦਿਆਂ ਵੀ ਉਸ ਤੋਂ ਬਾਅਦ ਵੀ ਤੇ ਕਿੱਡਾ ਕੁ ਪਿੰਡ ਸੀ ਉਦੋਂ ਪਿੰਡ ਏਡੇ ਸੀ ਜੀ ਕਿੰਨਾ ਕੁ ਘਰ ਸੀ ਐਵੇਂ ਕੋਈ ਥੋੜ੍ਹੇ ਜਿਹੇ ਘੱਟ ਸੀ ਮਸਜਿਦ ਇੱਕ ਸੀ ਤੇ ਗੁਰਦੁਆਰਾ ਕਿਹੜੀ ਸਾਈਡ ਤੇ ਸੀ ਗੁਰਦੁਆਰਾ ਹੁਣ ਸਕੂਲ ਬਣਿਆ ਉੱਥੇ ਗੁਰਦੁਆਰਾ ਹੈ ਸੀ ਜੀ ਤੇ ਜ਼ਮੀਨ ਪਿੰਡ ਦੇ ਵਿੱਚ ਸਭ ਨਾਲੋਂ ਜ਼ਿਆਦਾ ਕਿਹਦੀ ਸੀ ਇੱਥੇ ਜੀ ਤ੍ਰੈ ਮਾਲਕ ਸਨ ਵੱਡੇ ਇੱਕ ਨਾ ਇੰਦਰ ਸਿੰਘ ਸੀ ਹਾਂਜੀ ਇੱਕ ਨਾ ਸੀ ਦੂਜਾ ਗੰਡਾ ਸਿੰਘ ਤੇ ਇੱਕ ਸੀ ਖੱਤਰੀ ਸਨ ਉਹਦੇ ਨਾਲ ਗਿਆਨ ਸਿੰਘ ਲੱਡਾ ਸਿੰਘ ਸੀ ਪੰਜ ਪੰਜ ਮਰਬੇ ਜ਼ਮੀਨ ਉਹਨਾਂ ਦੀ ਸੀ ਅੱਛਾ ਦੂਜਿਆਂ ਦੀ 2.5 ਮਰਬੇ ਸਾਰਿਆਂ ਦੀ ਜ਼ਮੀਨ 2.5 ਮਰਬੇ ਹੋ ਗਈ ਢਿਲੂਆਂ ਦੀ ਕਿੰਨੀ ਜ਼ਮੀਨ ਸੀ ਢਿਲੂਆਂ ਦੀ 2.5 ਮਰਬੇ ਇਹਨਾਂ ਦੇ ਵਿੱਚੋਂ ਦੂਜਿਆਂ ਢਿਲੂ ਵੀ ਸਾਰੇ ਸਨ ਤੇ ਹੋਰ ਸਿੱਖਾਂ ਦੇ ਨਾਂ ਚੇਤਾ ਨੇ ਜਿਹੜੇ ਇੱਥੇ ਰਹਿੰਦੇ ਰਹੇ ਨੇ ਖੈਣ ਕੋਈ ਯਾਦ ਦੱਸੋ ਪਹਿਲਾਂ ਤਾਂ ਨਾਂ ਲਿਖੋ ਜੀ ਕਰਤਾਰ ਸਿੰਘ ਹਾਂਜੀ ਗੁਆਂਢੀ ਇੱਥੇ ਸਾਡੇ ਸਨ ਉਹ ਅੱਛਾ ਉਹਦੇ ਪਿਓ ਨਾਂ ਸੀ ਲਾਭਾ ਸਿੰਘ ਲਾਭ ਸਿੰਘ ਅੱਛਾ ਉਸ ਤੋਂ ਬਾਅਦ ਸੁੰਦਰ ਸਿੰਘ ਤੇ ਸੁੰਦਰ ਸਿੰਘ ਦੇ ਭਰਾ ਚਾਚੇ ਦੇ ਨਾਂ ਸੀ ਭਰਾ ਸੀ ਨਾਂ ਹਵੇਲਾ ਸਿੰਘ ਸੀ ਇੱਕ ਉਹਦੇ ਪੁੱਤਰੀ ਦੇ ਨਾਂ ਸੀ ਗਰਭਾਸ਼ਕ ਇਹ ਸਾਡੇ ਕੋਲ ਹੈ ਗੁਆਂਢ ਉਸ ਤੋਂ ਬਾਅਦ ਅੱਗੇ ਲੱਗੇ ਜੋ ਫੱਤਾ ਸਿੰਘ ਅਤੇ ਸ਼ਿੰਗਾਰਾ ਸਿੰਘ ਅੱਗੋਂ ਆ ਗਏ ਜਨਾਬ ਰਾਹੂ ਬੋਲਦੇ ਉਹਨਾਂ ਨੂੰ ਅਤੇ ਮਲੂਕਾ ਅਤੇ ਤਲੂਕਾ ਦੋਵੇਂ ਭਰਾ ਸਨ ਉਹ ਆ ਪਿਓ ਨੇ ਨਾਂ ਦਾ ਮੈਨੂੰ ਨਹੀਂ ਹੋਣੀ ਯਾਦ ਹਾਂ ਉਸ ਤੋਂ ਬਾਅਦ ਜੀ ਅੱਗੇ ਲੱਗੇ ਚਲੋ ਭਗਵਾਨ ਭਾਨੂ ਭਾਨੂ ਨੇ ਭਗਵਾਨ ਸਿੰਘ ਸੀ ਉਹਦੇ ਨਾਂ ਹੈਂ ਉਹਦੇ ਚਾਚਾ ਜਿਹੜਾ ਨਾਂ ਸੀ ਦੂਜਾ ਲਾਭਾ ਲਾਭ ਸਿੰਘ ਹਾਂ ਇਹ ਫਤਿਹ ਸਿੰਘ ਦੇ ਭਰਾ ਸਨ ਆਪਸ ਵਿੱਚ ਨਜ਼ਦੀਕੀ ਸਨ ਇਹ ਸਿੱਖ ਸਨ ਇੱਥੇ ਹੋਰ ਕਿਹੜੇ ਸਿੱਖ ਸਨ ਸੀ ਪੰਜੇ ਚਾਰ ਘਰ ਸਨ ਸਿੱਖ ਮੈਂ ਫਿਰ 14 ਸਾਲ ਦਾ ਜਦੋਂ ਮੈਂ ਉੱਥੇ ਜਾਣ ਲੱਗਾ ਪੜ੍ਹਨ 13 ਸਾਲ ਦੀ ਉਮਰ ਮੇਰੀ ਹੋ ਗਈ ਸੀ ਜਾਂਦੇ ਸੀ ਤੁਸੀਂ ਪੜ੍ਹਨ ਬੱਬਰ ਤੁਹਾਡੇ ਹਾਣੀ ਬੱਚਿਆਂ ਦੇ ਨਾਂ ਚੇਤਾ ਨੇ ਜਿਹੜੇ ਤੁਹਾਡੇ ਨਾਲ ਖੇਡਦੇ ਖੁੱਲਦੇ ਜੀ ਜਿਹੜੇ ਨਾਲ ਪੜ੍ਹਦੇ ਸੀ ਖੇਡਦੇ ਸੀ ਤੁਹਾਡੇ ਨਾਲ ਜਗਿੰਦਰ ਸਿੰਘ ਸੁੰਦਰ ਸਿੰਘ ਦਾ ਪੁੱਤਰ ਸੀ ਦੂਜਾ ਪਾਰਾ ਸਿੰਘ ਉਹ ਰਾਜਾ ਸਿੰਘ ਦਾ ਪੁੱਤਰ ਸੀ ਕਪੂਰ ਸਿੰਘ ਉਹ ਵੀ ਰਾਜਾ ਸਿੰਘ ਦਾ ਪੁੱਤਰ ਸੀ ਮਾਨ ਸਿੰਘ ਉਹ ਵੀ ਰਾਜਾ ਸਿੰਘ ਦਾ ਪੁੱਤਰ ਸੀ ਜੀ ਇਹ ਮੇਰੇ ਨਾਲ ਇੱਥੇ ਅਸੀਂ ਇਕੱਠੇ ਹੁੰਦੇ ਹਾਂ ਖੇਡਦੇ ਹੁੰਦੇ ਪੂਰੇ ਹੋ ਗਿਆ ਹੋਰ ਇਹ ਪਿੰਡ ਦੇ ਵਿੱਚ ਕਿੱਦਾਂ ਦਾ ਮਾਹੌਲ ਹੁੰਦਾ ਸੀ ਮੁਸਲਮਾਨਾਂ ਦਾ ਅਤੇ ਸਿੱਖਾਂ ਦਾ ਆਪਸ 'ਚ ਇਹਨਾਂ ਦਾ ਜੇ ਸਲੂਕ ਮੁਸਲਮਾਨਾਂ ਦਾ ਅਤੇ ਸਿੱਖਾਂ ਦਾ ਸਲੂਕ ਸੀ ਸਿਰਫ ਵੈਰ ਚਾਣ ਕਿੰਨਾ ਦਾ ਬਰਖਲਾਫੀ ਹੋਈ ਹੈ ਵੈਰ ਕਿੱਥੇ ਹੋਇਆ ਇਹਨਾਂ ਦਾ ਕਿਵੇਂ ਵੈਰ ਆਪਸ ਵਿੱਚ ਜਦੋਂ ਚੌਧਰੀ ਮੱਲੇ ਖਾਂ ਨੂੰ ਕਤਲ ਕੀਤਾ ਗਿਆ ਨਾ ਉਸ ਤੋਂ ਬਾਅਦ ਚੌਧਰੀ ਮੱਲੇ ਖਾਂ ਦਾ ਅਮੀਰ ਖਾਂ ਪੁੱਤਰ ਸੀ ਉਸ ਵੈਰ ਲਿਆ ਸਟੋਰੀ ਤੁਸੀਂ ਦੱਸੋਗੇ ਕਿ ਸਾਨੂੰ ਤੁਸੀਂ ਦੱਸੋਗੇ ਇਹ ਦੱਸਣਗੇ
ਚਲੋ ਤੁਹਾਡੇ ਕੋਲ ਪੁੱਛਦੇ ਆ। ਅੱਛਾ ਤੁਸੀਂ ਸਰ ਆ ਆ ਲਈ ਆ ਨਾ ਦੇ ਦੇ ਤੁਸੀਂ ਪਿੰਡ ਦੇ ਬਾਰੇ ਵਾਲੇ ਦੱਸੋ ਸਾਨੂੰ। ਹਾਂਜੀ ਅੱਛਾ ਤੇ ਦੁਸ਼ਮਣੀ ਤੇ ਚਲੋ ਉਸ ਤੋਂ ਬਾਅਦ ਅਸੀਂ ਪੁੱਛ ਲੈਂਦੇ ਆ ਜੀ। ਵੈਸੇ ਮੁਸਲਮਾਨ ਤੇ ਸਿੱਖਾਂ ਦਾ ਆਪਸ ਚ ਪਿਆਰ ਹੈ ਸੀ ਜੀ? ਸਲੂਕ ਸੀ ਜ਼ਮੀਨ ਚ ਉਹਨਾਂ ਦੀ ਗੱਲ ਜਾਂ ਸਿੱਖਾਂ ਦੀ ਛੋਟੇ ਸਨ ਤੇ ਸੁੱਤੇ ਸਨ, ਸਾਨੂੰ ਕੀ ਪਤਾ ਕਦੋਂ ਰਾਤੋਂ ਰਾਤ ਨਿਕਲ ਗਏ ਨੇ। ਤੁਹਾਡੇ ਪਿੰਡ ਦੇ ਵਿੱਚ ਕੋਈ ਹੱਲਾ ਹੋਇਆ, ਕੋਈ ਬੰਦੇ ਮਰੇ? ਕੋਈ ਬੰਦਾ ਨਹੀਂ ਮਰਿਆ ਸਾਡੇ ਪਿੰਡ 'ਚ ਨਾ, ਬਿਲਕੁਲ ਹਮਨਾ ਇਮਾਨ ਗਏ ਨੇ। ਚੌਧਰੀ ਨੇ ਆਪ ਇਕੱਲੇ, ਚੌਧਰੀ ਸੂਬੇ ਖਾਂ ਸੀ, ਮੱਲੇ ਖਾਂ ਦਾ ਪੁੱਤਰ, ਉਹ ਸਾਹਿਬ ਨਾਲ ਟੋਰ ਟੋਰ ਕੇ ਖੜੇ ਨੇ। ਨਹੀਂ ਉਹ ਵੀ ਸਿੱਖ ਸੀ? ਨਹੀਂ, ਸੂਬਾ ਸਿੰਘ ਇਹਨਾਂ ਦਾ ਵਾਲਦ ਸੀ। ਅੱਛਾ ਅੱਛਾ, ਸੂਬਾ ਸਹੀ ਸਹੀ ਸਹੀ। ਨਾਮ ਕੀ ਸਰ ਤੁਹਾਡਾ? ਮਾਮਾ ਯੂਸਫ। ਮਾਮਾ ਯੂਸਫ, ਤੁਹਾਡੇ ਵਾਲਾ ਸਾਹਿਬ ਦਾ? ਸੁਲਤਾਨ ਅਮਨ। ਤੇ ਦਾਦਾ ਜੀ ਦਾ? ਦਾਦਾ ਜੀ ਦਾ ਮੱਲੇ ਖਾਂ। ਮੱਲੇ ਖਾਂ, ਸਹੀ ਹੋ ਗਿਆ। ਤੇ ਕੌਮ ਕਿਹੜੀ ਆਪਣੀ? ਟਿੱਲੂ। ਟਿੱਲੂ ਜੱਟ ਜੀ। ਅੱਛਾ, ਹੁਣ ਅਸੀਂ ਬਜ਼ੁਰਗਾਂ ਕੋਲ ਵੀ ਪੁੱਛੀਆਂ ਗੱਲਾਂ। ਸਾਡੇ ਬਜ਼ੁਰਗ ਜਿਹੜੇ ਤਿੰਨ ਭਾਈ ਸਨ। ਕੀ ਨਾਂ ਸੀ ਉਹਨਾਂ ਦੇ? ਛੋਟੇ ਦੇ ਨਾਂ ਸੁਲਤਾਨ ਅਮਨ ਸੀ ਮੇਰੇ ਬਜ਼ੁਰਗਾਂ ਨਾਲ, ਉਦੋਂ ਵੱਡੇ ਚੌਰੀ ਅਮੀਰ ਖਾਂ ਸੀ, ਉਦੋਂ ਵੱਡੇ ਚੌਰੀ ਸੂਬੇ ਖਾਂ ਸੀ। ਸਹੀ ਹੋ ਗਿਆ, ਤਿੰਨ ਭਾਈ ਸਨ। ਇਹ ਜਿਹੜੇ ਇੱਥੇ ਢਿੱਲੂ ਰਹਿੰਦੇ ਸੀ ਜੱਟ, ਜਿਹੜੇ ਸਿੱਖ ਵੀ ਸਨ ਮੁਸਲਮਾਨ ਵੀ ਸਨ, ਇਹਨਾਂ ਦੀ ਕੀ ਆਪਸ 'ਚ ਇੱਕ ਹੀ ਖਾਨਦਾਨ ਦੇ ਨੇ, ਪਿੱਛੋਂ ਚੱਲਦੀ ਆ ਰਹੀ ਇਹਨਾਂ ਦੀ ਨਸਲ, ਕਿ ਅਲੈਦਾ ਸਾਨੂੰ ਜੋ ਹੈ ਉਹ ਲੈ? ਇਹਨਾਂ ਦੀ ਪਿੰਡ ਰਹਿ ਕੇ ਸ਼ਰੀਕਾ ਸੀ, ਉਂਝ ਘੁੰਨੀ ਸੀ ਜਿਵੇਂ ਸਾਡਾ ਦਾਦੇ ਦਾ ਪਿਓ ਜਿਹੜਾ ਸੀ ਨਾ ਚੌਧਰੀ ਬਾਲੀ, ਉਹ ਵੀ ਚੌਧਰੀ ਸੀ। ਅੱਗੋਂ ਸਾਡਾ ਦਾਦਾ ਜਿਹੜਾ ਸੀ ਨਾ ਚੌਧਰੀ ਮੱਲੇ ਹਾਂ, ਉਹ ਇੱਥੇ ਕਿ ਸ਼ਰੀਕ ਤੋਂ ਵੀ ਪੁੱਛੋ ਕਿ ਜਦੋਂ ਉਹ ਚੌਧਰੀ ਸੀ ਉਦੋਂ ਇੱਥੇ ਦੁਆਲੇ ਚੌਧਰੀ ਕੋਈ ਨਹੀਂ ਸੀ। ਸਹੀ ਹੋ ਗਿਆ। ਕੋਲ ਗੁਰਦੁਆਰਾ ਸੀ ਸਿੱਖਾਂ ਦਾ, ਉਹਦੇ ਨਾਲ ਮਸਜਿਦ ਸਾਡੇ ਦਾਦੇ ਪਹਿਲੇ ਨੰਬਰ 'ਤੇ ਇਸ ਪਿੰਡ 'ਚ ਪਵਾਈ ਸੀ। ਦੂਜੀ ਗੱਲ ਹੈ ਕਿ ਇੱਥੇ ਬਲਾਦਰੀ ਹੋਰ ਕੋਈ ਨਹੀਂ ਸੀ, ਢਿੱਲੂ ਸਨ, ਇੱਕ ਘਰ ਸੀ, ਉਹ ਸਨ ਸੇਖੂ, ਉਹ ਹੰਬੋ ਕੇ ਉਹ ਲਾਮ ਜੋ ਹੈ ਨਾਨਕੀ ਵਿਰਸਾ ਤੇ ਦੋ ਭਰਾ ਸਨ, ਗੁਲਾਬ ਸਿੰਘ ਤੇ ਲਾਭ ਸਿੰਘ। ਉਹ ਲਾਭ ਸਿੰਘ ਤੇ ਗੁਲਾਬ ਸਿੰਘ ਸਨ, ਇੱਕ ਲਾਭ ਸਿੰਘ ਜਿਹੜਾ ਉਹਨੂੰ ਲਾਭ ਸਿੰਘ ਮੋਕੇ ਦੱਸਦੇ ਸਨ, ਉਹ ਪਰਲੀ ਬੈਠਕ ਸੀ ਉਹਨਾਂ ਦੀ ਪੱਕੀ ਜਿਹੜੀ। ਹਾਂਜੀ, ਉਹ ਦੋਵਾਂ ਦਾ ਨਾਂ ਦਾ ਫਿਰ ਫਰਕ ਹੋ ਗਿਆ ਨਾ, ਇਹ ਨਾਨਕੀ ਵਿਰਸਾ ਤੇ ਇੱਥੇ ਹੌਲੀ ਹੌਲੀ ਪਿੰਡਾਂ 'ਚ ਜਿਵੇਂ ਕੋਈ ਲੜਾਈ ਝਗੜਾ ਹੁੰਦਾ ਹੈ ਇੰਜੋ ਹੁੰਦਾ, ਲੜਾਈ ਝਗੜਾ ਇੱਥੇ ਵੀ ਹੁੰਦਾ ਰਿਹਾ। ਹਾਂਜੀ, ਉਹ ਵੀ ਤੁਹਾਨੂੰ ਦੱਸਾਂ, ਉਹ ਹੁੰਦਾ ਰਿਹਾ। ਸਾਡਾ ਦਾਦਾ ਇੱਥੋਂ ਗਿਆ ਸੀ ਨੱਥੂ ਸਵੀਏ, ਉੱਥੇ ਰਿਸ਼ਤੇਦਾਰੀ ਸੀ, ਤਾਇਆ ਸਾਡਾ ਵੱਡਾ ਉੱਥੇ ਲੰਬਰਾਂ ਨਾਲ ਵਿਆਹਿਆ ਸੀ। ਕੀ ਨਾਂ ਸੀ ਉਹਨਾਂ ਦਾ ਰਿਸ਼ਤੇਦਾਰਾਂ ਦਾ? ਉਹਨਾਂ ਦੇ ਨਾਂ ਖਾਨ ਮੁਹੰਮਦ, ਰਾਮਤ, ਸਦੀਕ, ਹਯਾਤ ਦੇ ਪੁੱਤਰ ਸਨ, ਸਿਵੀਏ ਪਿੰਡ ਦੇ। ਹਾਂਜੀ, ਸਿਵੀਏ ਪਿੰਡ ਦੇ ਮੋਤਬੇ ਸਨ। ਉਹਨਾਂ ਨਾਲ ਸਾਡਾ ਤਾਇਆ ਸੂਬੇ ਹਾਂ ਵਿਆਹਿਆ ਸੀ, ਦਾਦਾ ਸਾਡਾ ਉੱਥੇ ਗਿਆ ਸੀ। ਰਾਹ 'ਚ ਲੱਗੇ ਹੁੰਦੇ ਕੋਲ ਕੋਈ ਸ਼ਾਇਦ ਨਹੀਂ ਸੀ, ਉਂਝ ਘੋੜੀ ਛੱਡ ਦਿੱਤੀ, ਉੱਥੋਂ ਪੈਦਲ ਲੱਗੇ ਹੁੰਦੇ ਰਾਹ 'ਚ, ਇੱਥੋਂ ਪਿੰਡ ਵਾਲੇ ਸਾਡੇ ਥੜਾ ਪੈ ਗਿਆ ਸਨ ਉਹਨਾਂ ਦਾ, ਉਹਨਾਂ ਨੂੰ ਮਾਰ ਕੱਤਿਆ। ਕਿਹਨੂੰ ਮਾਰ ਦਿੱਤਾ? ਦਾਦੇ ਸਾਡੇ ਮੱਲੇ ਖਾਨ, ਚੌਧਰੀ ਮੱਲੇ ਖਾਨ। ਦੁਸ਼ਮਣੀ ਉਹਨਾਂ ਦੀ ਕਿਵੇਂ ਇਹਨਾਂ ਦੇ ਪਿੰਡ 'ਚ? ਹਾਂਜੀ, ਪਿੰਡ 'ਚ ਜਿਵੇਂ ਫਿਰ ਹਾਂਜੀ ਸ਼ਰੀਕੇ ਨਾਲ ਹੀ ਸੀ। ਹੈ ਸਿੱਖਾਂ ਨਾਲ ਸੀ? ਸਿੱਖਾਂ ਨਾਲ। ਅੱਛਾ, ਅਸੀਂ ਮੁਸਲਮਾਨਾਂ ਦਾ ਘਰ ਸਾ, ਦੂਜੇ ਸਿੱਖ ਸਨ ਸਾਰੇ। ਖਾਨਦਾਨ ਤੁਹਾਡਾ ਇੱਕ ਹੀ ਸੀ ਪਹਿਲਾਂ? ਖਾਨਦਾਨ ਪਿੱਛੋਂ ਇੱਕ ਹੀ ਸੀ ਅਸੀਂ, ਬਜ਼ੁਰਗ ਮੁਸਲਮਾਨ ਹੋ ਗਏ ਨੇ। ਹਾਂਜੀ, ਸਾਡੇ ਜਿਹੜੇ ਬਜ਼ੁਰਗ ਸਨ ਨਾ, ਸਾਡੇ ਦਾਦਾ ਚੌਧਰੀ ਮੱਲੇ ਖਾਂ, ਉਹਨਾਂ ਦਾ ਪਿਓ ਵੀ ਮੁਸਲਮਾਨ ਸੀ। ਅੱਛਾ, ਉਹ ਪਹਿਲਾਂ ਮੁਸਲਮਾਨ ਹੋ ਗਏ? ਉਹਨਾਂ ਦਾ ਪਿਓ ਵੀ ਮੁਸਲਮਾਨ, ਦੂਜੇ ਸਿੱਖ ਸਨ। ਇੱਕ ਲੜੀ ਜਿਹੜੀ ਸੀ ਸਾਡੀ, ਜਿਹੜਾ ਪਿੰਡ ਦਾ ਲੰਬੜਦਾਰ ਸੀ ਰਾਜਾ ਸਿੰਘ, ਹਾਂਜੀ, ਉਹ ਸਿੱਖ ਲੱਗੇ ਹੁੰਦੇ ਸਨ। ਅੱਛਾ, ਪਿੰਡ ਦੇ ਲੰਬੜਦਾਰ ਦਾ ਨਾਮ ਰਾਜਾ ਸਿੰਘ ਸੀ? ਰਾਜਾ ਸਿੰਘ ਸੀ, ਉਹ ਸਿੱਖ ਸਨ। ਛੋਟਾ ਜਿਹੜਾ ਸੀ ਉਹਨਾਂ ਦਾ, ਉਹਦੇ ਨਾਲ ਵਧਾਇਆ ਸੀ, ਉਹ ਵੀ ਮੁਸਲਮਾਨ ਸਨ। ਤਿੰਨ ਭਾਈ ਸਨ ਤੇ ਤਿੰਨਾਂ ਦੀ ਇੱਕੋ ਇੱਕੋ ਸਨ, ਉਹ ਤਰੋਂ ਭਰਾਵਾਂ 'ਚੋਂ ਇੱਕ ਇੱਕ ਪੁੱਤਰ ਸਨ, ਚਾਚਾ ਬਾਬਿਆਂ ਦੇ ਨਾਲ ਇਕੱਲਾ ਇਕੱਲੇ ਸਨ। ਹਾਂਜੀ, ਦੋ ਸਕੇ ਕੋਨੇ ਸਨ, ਚੌਧਰੀ ਮੱਲੇ ਹਾਂ ਵੀ ਇਕੱਲਾ, ਰਾਜਾ ਸਿੰਘ ਵੀ ਇਕੱਲਾ, ਛੋਟਾ ਵਧਾਇਆ ਵੀ ਇਕੱਲਾ। ਹਾਂਜੀ, ਛੋਟਾ ਜਿਹੜਾ ਵਧਾਇਆ ਉਹ ਇੱਥੇ ਗਰਾਏ ਨੇ,
ਆਮਦੀਨ ਇਹਨਾਂ ਨਾਲ ਵਿਆਹ ਸੀ, ਉਹਨਾਂ ਦੀ ਲਾਭ ਫਿਰ ਕੋਈ ਨਹੀਂ ਸੀ, ਉਹ ਦੋਵੇਂ ਜੀ ਫੋਤ ਹੋ ਗਏ ਸੀ ਛੇਤੀ ਨਾਲ। ਹਾਂਜੀ, ਅੱਛਾ, ਪਿੰਡ ਦੀ ਦੁਸ਼ਮਣੀ ਵਾਸਤੇ ਉਹਨਾਂ ਨੇ ਉੱਥੇ ਥੜਾ ਮਾਰਿਆ। ਹਾਂਜੀ, ਥੜਾ ਮਾਰਿਆ ਸੀ ਉੱਥੇ ਰਾਹ 'ਚ, ਉਹਨਾਂ ਨੂੰ ਮਾਰ ਕੇ ਤੇ ਦਾਦੇ ਸਾਡੇ। ਹਾਂਜੀ, ਬਾਅਦ ਵਿੱਚ ਫਿਰ ਸਾਡੇ ਦੇ ਪਿਓ ਸਨ, ਵੱਡਾ ਸੀ ਆਪਣਾ ਚੋਰੀ ਸੂਬੇ ਖਾਂ, ਛੋਟਾ ਚੋਰੀ ਮੀਰ ਖਾਂ, ਛੋਟਾ। ਅੱਛਾ, ਇਹ 47 ਤੋਂ ਪਹਿਲਾਂ ਦੀਆਂ ਗੱਲਾਂ ਨੇ? ਪਹਿਲਾਂ ਦੀਆਂ। ਛੋਟੇ ਮੇਰੇ ਬਜ਼ੁਰਗ ਸਨ ਸੁਲਤਾਨ ਅਹਿਮਦ ਚੌਧਰੀ ਸਨ, ਚੌਰੀ ਅੰਬੀਰ ਖਾਂ, ਤਿੰਨਾਂ ਭਰਾਵਾਂ 'ਚੋਂ। ਠੀਕ ਹੋ ਗਿਆ। ਇੱਥੇ ਫਿਰ ਪਤਾ ਲੱਗ ਗਿਆ ਕਿ ਉਹਨਾਂ ਸਾਡੇ ਪਿਓ ਨੂੰ ਕਤਲ ਕਰ ਛੱਡਿਆ। ਜਿਹਨਾਂ ਨੇ ਮਾਰਿਆ ਉਹਨਾਂ ਦੇ ਨਾਂ ਦੱਸੋਗੇ, ਉਹਨਾਂ ਦੇ ਖਾਨਦਾਨ ਦਾ? ਉਹਨਾਂ ਦੇ ਹੁਣ ਸਾਰੇ ਪਿੰਡ ਦੇ ਸਨ, ਉਹ ਤੋਂ ਲਾਭ ਸਿੰਘ ਜਿਹੜਾ ਸੀ ਉਹਨੂੰ ਕਤਲ ਕੀਤਾ ਗਿਆ ਸਾਡੇ ਪਿਓ ਨੇ ਕੀਤਾ। ਲਾਭ ਸਿੰਘ ਉਹ ਸੇਖੂ ਸੀ, ਨਾਨਕੀ ਵਿਰਸਾ ਤੇ ਸੀ। ਹਾਂਜੀ, ਸਾਡੇ ਪਿਓਾਂ ਬਜ਼ੁਰਗਾਂ ਫਿਰ ਉਹਨੂੰ ਮਾਰਿਆ ਸੀ, ਉਹਨੂੰ ਉਦੋਂ ਮਾਰਿਆ ਸੀ ਕਿ ਉਹ, ਹਾਂਜੀ, ਉਹ ਅੱਗੇ ਆ ਗਿਆ ਸੀ ਸਾਰੀ ਬਲਾਦਰੀ ਚੋਂ। ਪਿੰਡ ਸਿੱਖਾਂ ਨੇ ਰਲ ਕੇ ਤੁਹਾਡੇ ਬਜ਼ੁਰਗਾਂ ਨੂੰ ਰਲ ਕੇ ਮਾਰਿਆ? ਹਾਂਜੀ, ਰਲ ਕੇ ਮਾਰਿਆ ਸੀ। ਇੱਥੇ ਬਾਅਦ ਵਿੱਚ ਇਹਨਾਂ ਫਿਰ ਇੱਥੇ ਟੱਗਿਆਂ ਦਾ ਰੌਲਾ ਪਿਆ ਸੀ। ਇਹ ਜਿੱਥੇ ਮਸਜਿਦ, ਉਦੋਂ ਮਸਜਿਦ ਕੋਈ ਨਹੀਂ ਸੀ ਪਿੰਡ ਦੇ ਵਿਚਕਾਰ। ਹਾਂਜੀ, ਇਹ ਮਸਜਿਦ ਉਹ ਸੀ ਉਲਾਮੇ, ਉਹੀ ਉਹਨਾਂ ਪੁਆਈ ਸੀ। ਇੱਥੇ ਖੁੱਲ੍ਹਾ ਥਾਂ ਹੁੰਦਾ ਸੀ, ਇੱਥੇ ਫਿਰ ਪਿੰਡ ਬਹਿ ਗਿਆ ਟੱਗਿਆਂ ਦੇ ਰੌਲੇ। ਸਾਡੇ ਬਜ਼ੁਰਗਾਂ ਨੂੰ ਉਹਨਾਂ ਸੱਦਿਆ ਸਿੱਖਾਂ, ਉਹਨਾਂ ਕਿਹਾ ਸਾਡੇ ਤੋਂ ਆਹ ਟੱਗੇ ਕੱਢੇ ਨੇ, ਸਾਡੇ ਸਾਕਾਂ ਦੇ ਟੱਗੇ ਕੱਢੇ ਨੇ। ਇਹਨਾਂ ਆਖਿਆ ਕਿ ਅਸੀਂ ਕੋਈ ਨਹੀਂ ਕੱਢੇ, ਉਹਨਾਂ ਹਨ ਨਹੀਂ ਕੱਢੇ ਨੇ। ਇਹਨਾਂ ਜਿਵੇਂ ਗੱਲਾਂ ਬਾਤਾਂ ਕਰੀ ਦੀਆਂ, ਇਹਨਾਂ ਆਖਿਆ ਤੁਸੀਂ ਸਾਡੇ ਕਰ ਲਓ, ਉਹਨਾਂ ਆਖਿਆ ਤੁਸੀਂ ਸਾਡੇ ਕਰ ਲਓ। ਸਾਡੇ ਜਿਹੜੇ ਬਜ਼ੁਰਗ ਸਨ ਚੌਰੀ ਅਮੀਰ ਖਾਂ, ਉਹ ਵੱਡੇ ਤੋਂ ਛੋਟੇ ਸਨ ਅਤੇ ਛੋਟੇ ਤੋਂ ਵੱਡੇ ਤੋਂ ਛੋਟੇ ਸਨ ਅਤੇ ਨਿੱਕੇ ਤੋਂ ਵੱਡੇ ਵਿਚਕਾਰਲੇ ਸਨ ਜਿਹੜੇ ਚੌਰੀ ਸਨ। ਹਾਂਜੀ, ਉਹਨਾਂ ਨੂੰ ਆਖਿਆ ਸਿੱਖ ਨੂੰ, ਸਰਦਾਰ ਨੂੰ, ਉਹਦਾ ਕਿਹਾ ਕਿ ਤੂੰ ਮੇਰੇ ਕਰ ਲੈ, ਉਹਦਾ ਕਿਹਾ ਤੂੰ ਮੇਰੇ। ਉਹਨੇ ਆਖਿਆ ਕਿ ਤੇਰਾ ਸਾਡਾ ਵੈਰ ਢੱਗਿਆਂ ਦਾ ਨਹੀਂ, ਤੇਰਾ ਮੇਰਾ ਸਿਰ ਦਾ ਵੈਰ ਹੈ। ਸਾਡੇ ਪਿਓ ਨੇ ਆਖਿਆ, ਚੌਰੀ ਮੀਰ ਖਾਂ ਨੇ ਆਖਿਆ ਕਿ ਤੇਰਾ ਮੇਰਾ ਸਿਰ ਦਾ ਵੈਰ ਹੈ, ਢੱਗਿਆਂ ਦਾ ਵੈਰ ਨਹੀਂ ਤੇਰਾ ਮੇਰਾ। ਉਹਨੇ ਆਖਿਆ ਕਦੋਂ ਕਦੋਂ, ਇੰਨੇ ਚਿਰ ਨੂੰ ਉਹ ਗੱਲ ਨਹੀਂ ਸੀ ਸਮਝਦਾ ਕਿ ਮੈਨੂੰ ਪੁੱਛਣ ਦੇ ਵੀ। ਹਾਂਜੀ, ਇੱਥੇ ਗੱਲ ਹੋਈ, ਪਿੰਡ ਸਾਰਾ ਬੈਠਾ ਸੀ, ਅੰਗਰੇਜ਼ ਦੌਰ ਸੀ ਉਦੋਂ। ਉਹਨਾਂ ਆਖਿਆ ਕਦੋਂ ਗੋਵਾ, ਸਾਡੇ ਬਜ਼ੁਰਗ ਆਖਿਆ ਕਿ ਵਾਅਦਾ ਤਾਂ ਅੱਲਾ ਦਾ ਸੱਚਾ ਹੁੰਦਾ। ਦਿਨ ਸੀ ਬੈਠੇ ਸੀ, ਪਰੇ ਬੈਠੇ ਸੀ। ਉਹਨਾਂ ਆਖਿਆ ਅੱਠਵੇਂ ਦਿਨ ਤੋਂ ਨਵਾਂ ਦਿਨ ਹੋ ਗਈ ਅਤੇ ਸਮਝੀ ਕਿ ਮੈਂ ਆਪਣੀ ਆਈ ਨਾਲ ਮਰ ਗਿਆ, ਅਤੇ ਜੇ ਮੈਂ ਅੱਠਾਂ ਦਿਨਾਂ 'ਚ ਤੈਨੂੰ ਮਾਰ ਕੀਤਾ ਅਤੇ ਫਿਰ ਤੂੰ ਸਮਝੀ ਕਿ ਮੈਂ ਆਪਣੇ ਪਿਓ ਦਾ ਵੈਰ ਲੈ ਗਿਆ ਪੂਰੀ ਪੰਜਾਬ ਦੇ ਵਿੱਚ। ਹਾਂਜੀ, ਇੱਥੋਂ ਸ਼ਾਬਾ ਹੋਏ, ਤੂੰ ਮੈਂ ਪਿਛਾਂ ਹੋਏ। ਇਹ ਥੋੜ੍ਹੇ ਸਨ, ਦੋ ਚਾਰ ਜੀ ਸਨ, ਉਹ ਸਾਰਾ ਪਿੰਡ ਸੀ ਸਿੱਖਾਂ ਦਾ। ਹਾਂਜੀ, ਉਹ ਲਾਗੇ ਦਵਾਈ ਸੀ ਫਿਰ, ਉਦੋਂ ਜਿਹੜਾ ਕੋਈ ਮੁਲਾਜ਼ਮ ਜਾਂ ਕੋਈ ਸਾਢੇ ਵਾਲੀ ਆਉਂਦਾ ਹੁੰਦਾ ਸੀ। ਦੂਜੇ ਦਿਨ ਸਿਪਾਹੀ ਆ ਗਿਆ, ਉਹਨੇ ਰੋਟੀ ਆਖੀ, ਇਹਨਾਂ ਪੁੱਛਿਆ ਕਿੱਧਰ ਚੱਲਿਆ। ਅਸੀਂ ਆਖਿਆ ਕਿ ਮੈਂ ਉਹਦੀ ਸਰਦਾਰ ਦੀ ਤਲਾਹ ਕਰਾਉਣ ਚੱਲਾ, ਉਹ 10 ਇੰਚ ਸੀ। 10 ਇੰਚ ਜਿਹਦਾ ਨਾਂ ਹੋਵੇ ਉਹਨੂੰ ਪਤਾ ਜੇ ਪੁਲਿਸ ਵਾਲੇ ਸੱਦ ਲੈਂਦੇ ਨਵਾਂ ਅਫਸਰ ਜਦੋਂ ਵੀ। ਹਾਂਜੀ, ਉਹ ਇੰਨਾ ਸ਼ੁਕਰ ਕੀਤਾ ਕਿ ਪਿੰਡੋਂ ਬਾਹਰ ਨਿਕਲੋ, ਉਦੋਂ ਕਿਹੜਾ ਬੰਦੂਕ ਜਾਂ ਪਸਤੌਲ ਲੱਭਦੀ ਸੀ ਜਾਂ ਕੋਈ ਸ਼ਾਇਦ ਹੁੰਦੀ ਕੋਈ ਨਹੀਂ ਸੀ। ਆ ਜਾ ਕੇ ਉਹ ਤਲਾਹ ਕਰਾਉਣ ਗਿਆ ਵੱਡਲੇ ਸਵੇਰੇ, ਇਹ ਉਹਨੂੰ ਵਹਿੰਦਾ ਇਹ ਰਾਤ ਜਾ ਕੇ ਉਹਦਾ ਥੜਾ ਬਹਿ ਗਿਆ। ਅੱਛਾ, ਇਹ ਉਹਦਾ ਥੜਾ ਬਹਿ ਗਿਆ, ਥੜਾ ਬਹਿ ਗਿਆ। ਇੱਕ ਜੁਲਾਹ ਸੀ, ਮੁਰਾਦ ਉਹਦੇ ਨਾਂ ਸੀ, ਉਹ ਵੀ ਸਾਡੇ ਦਾਦੇ ਦਾ ਪੁੱਤਰ ਬਣਿਆ ਸੀ। ਅੱਛਾ, ਇੱਕ ਮੋਚੀ ਸੀ, ਉਹ ਸਾਡੇ ਘਰ ਪਲਿਆ ਸੀ, ਅਰੂੜਾ ਮੋਚੀ, ਯੂਨਸ ਦਾ ਪਿਓ ਜਿਹੜਾ ਸੀ। ਅੱਛਾ, ਤੁਸੀਂ ਤਾਂ ਜਾਣਦੇ ਹੋ। ਹਾਂਜੀ, ਆਹ ਉਹ ਨਿੱਕਾ ਹੁੰਦਾ ਉਹ ਸਾਡੇ ਘਰ ਸਾਡੇ ਬਜ਼ੁਰਗਾਂ ਦਾ ਪੁੱਤਰ ਬਣ ਕੇ ਸਾਡੇ ਪਿਓਾਂ ਦੇ ਨਾਲ ਭਰਾ ਸੀ ਸਾਡੇ ਕੋਲ। ਹਾਂਜੀ, ਉਹ ਥੜਾ ਬੈਠੇ ਨੇ, ਉਹ ਘੋੜੀ 'ਤੇ ਲਗਾ ਹੁੰਦਾ ਸੀ। ਫੁੱਫੜੇ ਸਾਡਾ ਚੌਧਰੀ ਮੁਹੰਮਦ ਫਮਿਆਂ ਦਾ ਸਰਾ। ਅੱਛਾ, ਹਾਂਜੀ, ਉਹ ਵੀ ਨਾਲ ਸਨ। ਉਹ ਬਾਬਾ ਸਾਡਾ ਚੌਰੀ ਮੀਰ ਖਾਂ ਅਤੇ ਫੁੱਫੜ ਜਿਹੜੇ, ਇਹਨਾਂ ਦੋਵਾਂ ਦੀਆਂ ਘੋੜੀਆਂ ਇਕੱਠੀਆਂ ਸਨ। ਨਹੀਂ, ਉਹਨਾਂ ਦੇ ਨਾਲ ਨਹੀਂ ਸਨ। ਅੱਛਾ, ਇਹ ਉਹ ਦੋ ਸਨ ਉੱਥੇ ਅੱਗੋਂ ਜਿਹੜੇ ਅੱਗੇ ਥੜਾ ਬੈਠੇ ਸਨ, ਉਹਦੇ 'ਚ ਹੋਰ ਜੀ ਸਾਡੇ ਬਜ਼ੁਰਗ ਸਨ। ਆਪਣਾ ਮਾਮਾ ਸੀ ਸਾਡਾ ਚੀਮਾ, ਪਿੱਛੋਂ ਫੈਸਲਾਬਾਦ ਦਾ ਗੁਲਾਮ ਮਾਮਾ ਚੀਮਾ, ਉਹ ਵੀ ਵਿੱਚ ਸੀ ਥੜੇ ਦੇ ਵਿੱਚ। ਇਹ 5-7 ਜੀ ਜਿਹੜੇ ਨੇ ਅੱਗੇ ਬੈਠੇ ਸਨ, ਉਹਨਾਂ ਦੋ ਜਿਹੜੇ ਨਾ ਫੁੱਫੜ ਸਾਡਾ ਅਤੇ ਬਾਬਾ ਸਾਡਾ ਚੌਧਰੀ ਜਿਹੜਾ, ਉਹਨਾਂ ਉਹਨੂੰ ਸਿੱਖ ਨੂੰ ਆਉਂਦਿਆ ਸਰਦਾਰ ਨੂੰ ਘੋੜੀ 'ਤੇ ਟਕਰਾ ਕੀਤਾ। ਇੱਕ ਉਹ ਬਾਬਾ ਰੂੜਾ ਜਿਹੜਾ ਸੀ ਮੋਚੀ, ਇੱਕ ਉਹ ਟੱਕਰਿਆ ਉਹਨਾਂ ਨੂੰ। ਉਦੋਂ ਜੰਗਲ ਝਾੜੀਆਂ ਬੜੀਆਂ ਹੁੰਦੀਆਂ ਸਨ, ਉਹ ਉਹਨਾਂ ਨੂੰ ਵੇਖ ਕੇ ਤੁਸੀਂ ਘੋੜੀ ਭਜਾ ਲਈ, ਇੱਥੋਂ ਘੋੜੀ ਭਜਾ ਲਈ ਬੱਬਰਾਂ ਨੂੰ।
ਇਹ ਸੇਮ ਜਿਹੜੀ ਦਮੇਲਾਂ ਉੱਥੇ ਜਾ ਕੇ ਬਣਦੀਆਂ ਬੱਬਰਾਂ ਕੋਲ। ਇਹ ਦੂਜੇ ਥੜੇ ਵਾਲੇ ਜਿਹੜੇ ਨੇ ਇਹਨਾਂ 'ਤੇ ਉਹਦੀ ਘੋੜੀ ਪਈ ਹੈ, ਇਹ ਆ ਸੇਮ ਦਾ ਪੋਲ ਇੱਥੇ ਬੈਠੇ ਸਨ। ਇਹ ਪਹਿਲਾਂ ਉੱਠ ਗਿਆ ਨੇ, ਉਹ ਘੋੜੀ ਉਰਾ ਪਰਤਾਓ ਸੀ, ਉੱਥੇ ਇਹਨਾਂ ਨੂੰ ਵੇਖ ਕੇ ਘੋੜੀ ਪਿਛਾ ਪਰਤਾ ਲਈ। ਇਹ ਪੈਦਲ ਸਨ, ਇੱਥੇ ਹੀ ਰਹਿ ਗਏ। ਉਹਨਾਂ ਦੇ ਆਪੇ 'ਚ ਘੋੜੀਆਂ ਦੀ ਟੱਕਰ ਹੋਈ, ਚੋਰੀ ਮੁਹੰਮਦ ਦੀ ਘੋੜੀ ਦੀ ਅਤੇ ਚੋਰੀ ਅਮੀਰ ਦੀ ਘੋੜੀ ਦੀ ਟੱਕਰ ਹੋਈ ਆਪੇ 'ਚ। ਉਹਨਾਂ ਤੋਂ ਉਹਦੀ ਘੋੜੀ ਨਿਕਲ ਗਏ, ਇਹ ਦੋਵੇਂ, ਹਾਂਜੀ ਇਹ ਦੋਵੇਂ ਡਿੱਗ ਪਏ। ਇਹਨਾਂ ਨੂੰ ਨਹੀਂ ਪਤਾ ਲੱਗਾ ਘੋੜੀ ਕਿੱਦੇ ਗਈ ਹੈ। ਜਿਹੜਾ ਬਾਬਾ ਰੂੜਾ ਸੀ, ਮੋਚੀ, ਅਸੀਂ ਉਹਨੂੰ ਬਜ਼ੁਰਗ ਸਮਝਦੇ ਹਾਂ, ਸਾਡੇ ਨਾਲ ਮੋਚੀ ਤੇ ਆਖਿਆ ਵੀ ਨਹੀਂ, ਸਾਡੇ ਤੋਂ ਜਾਂਦਾ ਗੱਲ ਤੇ ਹਲਾਲ ਦਾ ਨਾਲੇ ਫਿਰ ਜਿਹੜਾ ਹੋਵੇ ਉਹ। ਅਸੀਂ ਉਹਨਾਂ ਨੂੰ ਵੇਖਿਆ, ਉਹਦੀ ਘੋੜੀ ਮਗਰ ਗਈ, ਉਹਦੇ ਕੋਈ ਕਿਸੇ ਨੂੰ ਹੋਰ ਪਤਾ ਕੋਈ ਨਹੀਂ ਸੀ। ਉੱਥੇ ਬੱਬਰਾਂ ਦੇ ਕੋਲ ਜਾ ਕੇ ਉਹਦੀ ਸਿੱਖ ਦੀ ਘੋੜੀ ਜਿਹੜੀ ਹੈ ਲਾਭ ਸਿੰਘ ਦੀ, ਸਰਦਾਰ ਦੀ, ਉਹ ਉੱਥੇ ਬਹਿ ਗਈ। ਹਾਂਜੀ ਉੱਥੇ ਬਹਿ ਗਈ। ਉਹ ਦੱਸਦੇ ਨੇ ਕਿ ਤਾਕਤ ਵਾਲਾ ਇੰਨਾ ਸੀ, ਅੱਗੋਂ ਘੋੜੀ ਚੁੱਕ ਛੜੀਏ, ਪਿੱਛੋਂ ਚੁੱਕ ਛੜੀਏ, ਘੋੜੀ ਨਹੀਂ ਉੱਠੀ। ਹਾਂਜੀ ਘੋੜੀ ਉੱਠੀ ਨਹੀਂ। ਉਹਦੇ ਕੋਲ ਖੂੰਡ, ਉਹ ਘੋੜੀ ਛੱਡ ਕੇ ਤੇ ਤੁਰ ਪਿਆ। ਇਹ ਜਿਹੜਾ ਬਾਬਾ ਰੂੜਾ ਮੋਚੀ ਸੀ, ਇਹ ਦੁਲੋ ਵਹਿੰਦਾ ਪਿਆ, ਇਹਦਾ ਦਿਲ ਕਿ ਪਿੱਛੋਂ ਕੋਈ ਰਲ ਜਾਏ, ਮੈਨੂੰ ਤੇ ਚਲੋ ਸੌਖਾ ਹੋ ਜਾਂਦਾ। ਜਵਾਨ ਇਹ ਵੀ ਬੜਾ ਦੁਬਾਰਾ, ਉਹ ਬਹੁਤਾ ਡਾਡਾ ਸੀ, ਸਿੱਖ ਬਹੁਤਾ ਡਾਡਾ ਸੀ। ਹਾਂਜੀ ਇਹ ਸਾਨੂੰ ਆਖਿਆ, ਆਵਾਜ਼ ਮਾਰੀ, ਤੁਰ ਪਿਆ। ਅਸੀਂ ਆਖਿਆ ਖਲੋ ਜਾ, ਕਿੱਥੇ ਚੱਲਣਾ? ਉਹਨੇ ਆਖਿਆ ਪਿੰਡ। ਉਹਦਾ ਆਖਿਆ ਖਲੋ ਜਾ, ਮੈਨੂੰ ਆ ਲੈਂਦਾ, ਮੈਂ ਤੈਨੂੰ ਘੋੜੀ ਨੂੰ ਹੱਥ ਪਵਾਉਣਾ ਨਾਲ। ਇਹਦਾ ਦਿਲ ਸੀ ਪਿੱਛੋਂ ਗਜੀਰ ਵਾਲੇ, ਪਿਛਲੇ ਨੂੰ ਪਤਾ ਕੋਈ ਨਹੀਂ। ਹਾਂਜੀ ਇਹ ਗਿਆ, ਇਹ ਗਿਆ ਤੇ ਜਿਸਲੇ ਉਹ ਤੁਰਨ ਲੱਗਾ, ਇਹ ਖਲੋ ਕੇ ਗੱਲਾਂ ਕਰਨ ਲੱਗ ਪਏ। ਹਾਂਜੀ ਕੋਲ ਬੱਬਰਾਂ ਦੇ ਦੋ ਸਿੱਖ ਨੇ, ਉਹਨਾਂ ਦਾ ਮੈਨੂੰ ਨਾਂ ਦਾ ਨਹੀਂ ਪਤਾ ਕੌਣ ਨੇ, ਪਾਲਟੀ ਉਹ ਕਿਸੇ ਵੀ ਨਹੀਂ ਸਨ। ਸਵੇਰਾ ਸਵੇਰਾ ਉਹ ਕੋਲ ਚੁੱਪ ਕਰਕੇ ਖਲੇ ਰਹੇ, ਉਹਨਾਂ ਇਹਨਾਂ ਨੇ ਨਹੀਂ ਪੁੱਛਿਆ, ਇਹਨਾਂ ਉਹਨਾਂ ਨੇ, ਚੁੱਪ ਕਰਕੇ ਸੁਣਦੇ ਰਹੇ ਨਾ ਸਾਰੀ ਲੜਾਈ। ਇਹ ਸਾਨੂੰ ਆਖਿਆ ਵਾ ਕਿੱਥੇ ਜਾਊਂ? ਅਸੀਂ ਕਿਹਾ ਮੈਂ ਪਿੰਡ ਜਾਊਂ। ਬਾਬੇ ਰੂੜੇ ਨੇ ਇਹ ਗੱਲ ਆਖੀ ਕਿ ਨਹੀਂ ਇੱਕ ਧਿਰ ਜਾਣਾ, ਜਾਂ ਤੂੰ ਜਾਣਾ ਜਾਂ ਮੈਂ ਜਾਣਾ। ਉਹਨੇ ਆਖਿਆ ਦੋਵਾਂ ਨਹੀਂ ਜਾਣਾ। ਉਹਨੇ ਇਹਨੂੰ ਆਖਿਆ ਵਾ ਭਰਾੜ ਜਾ, ਤੇਰਾ ਮੈਂ ਗਵਾਇਆ ਕੁਛ ਨਹੀਂ। ਸਿੱਖ ਨੇ ਆਖਿਆ ਮੈਂ ਤੇਰਾ ਗਵਾਇਆ ਕੁਛ ਨਹੀਂ। ਇਹ ਆਖਿਆ ਕਿ ਜਿੰਨਾ ਚਿਰ ਚੌਧਰੀ ਮੱਲਾ ਜਿਉਂਦਾ ਸੀ, ਜੇ ਮੇਰੀ ਉਨਾ ਚਿਰ ਮੋਢੇ ਤੇ ਲੱਕ ਦੀ ਮੈਂ ਲਾ ਕੇ ਧਰੀ, ਜੇ ਕਿਸੇ ਬਣਾਈਏ ਤੇ ਫਿਰ ਤੇ ਮੇਰਾ ਪਿਓ ਨਹੀਂ ਸੀ। ਤੇ ਜੇ ਮੇਰੀ ਲੱਕ ਦੀ ਕਿਸੇ ਮੈਂ ਲਾ ਕੇ ਮੋਢੇ ਤੇ ਧਰੀ ਬਣਾਈ ਨਹੀਂ ਤੇ ਫਿਰ ਮੇਰਾ ਪਿਓ ਸੀ। ਇੱਕ ਤੇ ਜਾਣਾ ਜਾਂ ਤੂੰ ਜਾਣਾ ਜਾਂ ਮੈਂ ਜਾਣਾ। ਉਹਨੇ ਆਖਿਆ ਕਿ ਮੈਨੂੰ ਮਾਰ ਕੇ ਜਾਣਾ। ਸਿੱਖ ਨੂੰ ਆਖਿਆ ਕਿ ਮੈਨੂੰ ਮਾਰ ਕੇ ਜਾਣੀ, ਮੈਂ ਇਕੱਲਾ ਗਿਆ, ਲੋਕੀ ਆਖਣ ਦੇ ਪੁੱਤਰ ਤੇ ਨਹੀਂ ਸੀ ਨਾ। ਇਹ ਗੱਲਾਂ ਕਰਦੇ ਰਹਿਣ ਖਲੋ ਹਰਾਮ ਦਾ। ਹੋਇਆ ਕਿ ਉਹ ਦੁਆਲੇ ਵੇਖਿਆ ਵਿਚਾਰੇ ਨਹੀਂ ਕੰਮ ਬਣਿਆ, ਨਹੀਂ ਬਣਿਆ ਤੇ ਸਿੱਖ ਨੇ ਇਹਨੂੰ ਖੂੰਡ ਮਾਰਿਆ, ਬਾਬੇ ਨੂੰ ਖੂੰਡ ਮਾਰਿਆ। ਬਾਬੇ ਦੇ ਅੰਗੂਠ ਤੇ ਵੱਜਿਆ, ਬਾਬੇ ਰੂੜੇ ਦੇ ਤੇ, ਮੋਚੀ ਦੇ ਤੇ, ਇਹਦਾ ਅੰਗੂਠ ਟੁੱਟ ਗਿਆ। ਅੰਗੂਠ ਟੁੱਟ ਗਿਆ, ਇਹ ਉਸਨੂੰ ਟਕਵਾ ਮਾਰਿਆ, ਇਹਦੇ ਕੋਲ ਟਕਵਾ ਸੀ, ਟਕਵਾ ਮਾਰਿਆ, ਉਹਨੂੰ ਸਿਰ 'ਚ ਲੱਗਿਆ, ਸਿਰ 'ਚ ਲੱਗਿਆ, ਟਕਵਾ ਤੋਂ ਨਿਕਲਦਾ ਨਹੀਂ, ਟਕਵਾ ਉਸ ਆਪ ਫੜ ਕੇ ਤੇ ਆਪ ਹੱਥ ਮਾਰਿਆ ਤੇ ਉਸ ਕੱਢਿਆ ਟਕਵਾ, ਜਿਹਦੇ ਵਜ੍ਹਾ ਸੀ ਟਕਵਾ ਕੱਢ ਕੇ ਉਸ ਇਹਨੂੰ ਉਹਨੇ ਟਾਹ ਲਿਆ। ਹਾਂਜੀ ਹੱਥ ਪਈ ਹੋ ਗਏ ਨੇ, ਇਹਨੂੰ ਉਹਨੇ ਟਾਹ ਲਿਆ, ਟਾਹ ਲਿਆ ਜਦੋਂ ਪਿਛਲਿਆਂ ਨੂੰ ਕੋਈ ਪਤਾ ਨਹੀਂ, ਪਿਛਲਿਆਂ ਨੂੰ ਕੋਈ ਪਤਾ ਨਹੀਂ, ਇਹਨੂੰ ਲੱਗਾ ਫਿਰ ਮਾਰਨ। ਇਹਨੇ 'ਚ ਉਹਨੂੰ ਉਹਦਾ ਖੂਨ ਵੀ ਫਿਰ ਰੋੜ ਰੋੜ ਕੇ ਇਹਦੇ ਉੱਤੇ ਠੰਡਾ ਹੋ ਗਿਆ। ਇਹ ਥੱਲੇ ਆਵਾਜ਼ ਮਾਰਨ ਲੱਗੇ, ਉਹਦੇ ਮੂੰਹ ਅੱਗੇ ਹੱਥ ਧਰ ਲਵੇ, ਇਹਨੂੰ ਉਹਨੇ ਸਾਰਾ ਮਾਲ ਮੁਲ ਛੱਡਿਆ। ਉੱਠ ਕੇ ਜਾਣ ਲੱਗੇ ਤੇ ਇਹ ਉੱਠ ਕੇ ਹੱਥੀ ਪੈ ਜਾਵੇ, ਫਿਰ ਪਾਗਲ ਹੋ ਗਿਆ ਸੀ। ਆਂਦਾ ਇਹ ਸੀ, ਆਂਦਾ ਸੀ ਮੈਨੂੰ ਇੱਕ ਧਿਰ ਜਾਣਾ ਜਾਂ ਤੂੰ ਜਾਣਾ ਮੈਂ ਜਾਣਾ, ਮੈਨੂੰ ਮਾਰ ਕੇ ਜਾਣੀ, ਮੇਰਾ ਪਿਓ ਸੀ ਚੌਧਰੀ ਜਿਹੜਾ ਸੀ, ਇੰਜ ਮੈਂ ਦੋਵੇਂ ਜਾਣ ਦੇ ਲੋਕੀ ਕੀ ਆਖਣ ਤੇ ਉਹਨੇ ਪਾਲਿਆ ਸੀ ਮੈਨੂੰ। ਹਾਂਜੀ ਮੈਨੂੰ ਉਸ ਪਾਲਿਆ ਸੀ। ਇਹ ਗੱਲ ਤੋਂ ਘੰਟਾ ਲੜੇ ਨੇ, ਦੋ ਲੜੇ ਨੇ, ਅੱਧਾ ਲੜੇ ਨੇ, ਜਿੰਨਾ ਚਿਰ ਵੀ ਲੱਕ ਦੀਆਂ ਲੈ ਗਈਆਂ ਨੇ ਉਹ ਸਹੀ ਥੱਕ ਗਏ। ਕਿਸੇ ਲੋਇਆ ਤੂੰ ਥੱਲਿਓ ਨਾ ਧਿਆਨ ਮਾਰਿਆ ਤੇ ਵੇਖਿਆ, ਇੰਨੇ ਚਿਰ ਨੂੰ ਚੌਧਰੀ ਮੁਹੰਮਦ ਫਮੇ ਵਾਲਾ ਤੇ ਚੌਧਰੀ ਅਮੀਰ ਤਾਇਆ ਮੇਰਾ ਜਿਹੜਾ ਸੀ, ਇਹਨਾਂ ਦੋਵਾਂ ਦੀਆਂ ਘੋੜੀਆਂ ਆਉਂਦੀਆਂ ਪਈਆਂ, ਉਂਝ ਤੁੱਕ ਤੇ ਭਜਾਈ ਫਿਰ।
ਉਸ ਵੇਖ ਲਈ ਦੂਰੋਂ ਉਸ ਆਵਾਜ਼ ਮਾਰੀਏ ਇਹਦਾ ਕਿ ਉਹਨੂੰ ਕਿ ਵੇਖਾ ਕੌਣ ਲਗਾਉਂਦਾ ਉਹਦਾ ਕਿਹਾ ਕਿ ਅੰਬੀਰ ਲਗਾਉਂਦਾ ਤਾਂ ਮੈਨੂੰ ਇਹ ਤੋਂ ਬਚਾ ਲੈ ਉਹਦਾ ਖਿਆਲ ਲੈਂਦੇ ਹੈਗਾ ਚਲੋ ਆ ਗਏ ਨੇ ਜੀ ਉਹ ਸਾਡੇ ਬਜ਼ੁਰਗਾਂ ਨੂੰ ਆਖਿਆ ਕਿ ਇੰਝ ਕਰ ਮੈਂ ਦੁਨੀਆਂ ਛੱਡ ਜਾਂਦਾ ਤੇ ਮੈਨੂੰ ਛੱਡ ਦੇ ਸਰਦਾਰ ਨੇ ਸਰਦਾਰ ਹੀ ਆਖਣਾ ਚਾਹੀਦਾ ਹਾਂਜੀ ਹਾਂਜੀ ਸਰਦਾਰ ਨੇ ਆਖਿਆ ਕਿ ਮੈਂ ਦੁਨੀਆਂ ਛੱਡ ਜਾਂਦਾ ਤੇ ਮੈਨੂੰ ਛੱਡ ਦੇ ਇਹਨਾਂ ਉਹਨੂੰ ਆਖਿਆ ਕਿ ਗੱਲ ਸੁਣ ਦੁਨੀਆਂ ਵਾ ਤੈਨੂੰ ਉਂਝ ਛੱਡਾ ਛੱਡਣੀ ਹੈ ਮੇਰਾ ਪਿਓ ਤਰਲਾ ਕਰਕੇ ਨਹੀਂ ਮੋਇਆ ਤੇ ਤਰਲਾ ਨਾ ਕਰ ਮੈਂ ਛੱਡਣਾ ਤੈਨੂੰ ਕੋਈ ਨਹੀਂ ਹਾਂਜੀ ਅਖੀਰੀ ਚੌਧਰੀ ਮਹਿਮੂਦ ਨੇ ਆਖਿਆ ਉਹਨੂੰ ਭਨੂਜਾ ਸਨ ਉਹਨੂੰ ਇਹਨਾਂ ਆਖਿਆ ਕਿ ਇਹਦੀ ਧੌਣ ਫੜ ਉਹ ਦੋ ਵਾਰੀ ਧੌਣ 'ਚ ਨਾ ਇੱਥੇ ਅੰਗੂਠ ਦਿੱਤਾ ਜਵਾਨ ਬੜਾ ਸੀ ਉਹ ਪਰ ਸਿੱਖ ਉਦੋਂ ਵੀ ਜਵਾਨ ਬਹੁਤਾ ਸੀ ਉਹ ਅੰਜ ਕਰਕੇ ਧੌਣ ਛੱਡਾ ਜਾਂਦਾ ਰਿਹਾ ਅਖੀਰੀ ਇਹਨਾਂ ਉਹਨੂੰ ਲਲਕ ਰਿਹਾ ਸਾਖਿਆ ਭੇਟ ਟਾਨਾ ਪਿਆ ਸਾਖਿਆ ਤਗੜਿਆ ਕਰ ਸੋ ਇਹਨਾਂ ਉਹਦੇ ਅਵਾਲ ਜਿਹਾ ਫੜ ਜਾਣਾ ਅਗਾਂਹ ਖਿੱਚਣੇ ਇਹਨਾਂ ਟਕਵਿਆਂ ਨੇ ਉੱਤੋਂ ਧੌਣ ਲਾਈ ਹੈ ਜੀ ਧੌਣ ਲਾ ਦਿੱਤੀ ਜੀ ਧੌਣ ਲਾ ਦਿੱਤੀ ਜੀ ਮਾਰ ਲਿਆ ਨਾ ਉਦੋਂ ਬਾਅਦ ਮਾਮਾ ਸਾਡਾ ਸੀ ਗੁਲਾਮ ਚੀਮਾ ਫੈਸਲਾਬਾਦ ਉਹ ਨਾਲ ਸਨ ਫਿਰ ਉਹਨੂੰ ਨਾਰ 'ਚ ਰੋੜ ਕੇ ਆਇਆ ਸਨ ਟੁੱਕ ਕੇ ਵੱਢ ਕੇ ਬੋਰੀਆਂ 'ਚ ਪਾ ਕੇ ਅਤੇ ਇਹ ਫਿਰ ਨਾਰੇ ਰੋੜ ਕੇ ਆਇਆ ਸਨ ਬਜ਼ੁਰਗਾਂ ਨੂੰ ਇੱਥੇ ਪੇਸ਼ ਪੂਸ਼ ਹੋ ਗਿਆ ਜਿਹੜਾ ਬਾਬਾ ਰਾਜਾ ਸਿੰਘ ਸੀ ਨਾ ਲੰਬੜਦਾਰ ਉਹ ਸਾਡੇ ਦਾਦੇ ਦਾਦਾ ਤੇ ਸਕਿਆ ਚਾਚਾ ਬਾਬਿਆਂ ਦੇ ਸਨ ਤਿੰਨੋਂ ਭਰਾਵਾਂ ਦੇ ਸਨ ਤੇ ਇੱਕੋ ਇੱਕ ਸਨ ਉਹ ਹਾਂਜੀ ਉਹਨੂੰ ਕੋਈ ਨਹੀਂ ਸੀ ਪਤਾ ਉਹਨੂੰ ਪਤਾ ਕੋਈ ਨਹੀਂ ਸੀ ਕਿਉਂਕਿ ਥੋੜ੍ਹੀ ਬਹੁਤ ਸਿੱਖਾਂ ਦੀ ਸਾਈਡ ਲੈਂਦਾ ਸੀ ਵਿੱਚੋਂ ਉਹਨੂੰ ਨਿਸ਼ਾ ਨੇ ਦੱਸਿਆ ਸਾਡੇ ਵਡੇਰੇ ਉਹਨੂੰ ਗੱਲ ਨਹੀਂ ਸੁਣ ਅੰਦਰ ਦੀ ਅੰਦਰ ਦੀ ਅੱਗੋਂ ਦੱਸਦੇ ਨਹੀਂ ਸੀ ਹਾਂਜੀ ਹਾਂਜੀ ਉਸ ਵੇਲੇ ਨਾਲ ਜਿੱਤਾ ਸੀ ਜੱਗ ਵਾਲੇ ਸਿੱਖਾ ਪਰਚਾ ਉਹਦੇ 'ਤੇ ਵੀ ਦਿਸ਼ ਗਿਆ ਸੀ ਉਹਨੂੰ ਇੱਥੋਂ ਗਏ ਨੇ ਨਾਲ ਜਾ ਕੇ ਥਾਣੇਦਾਰ ਨੇ ਪੁੱਛਿਆ ਉਹਦਾ ਕਿਹਾ ਬਈ ਲੰਬੜਦਾਰ ਆ ਉਹਦਾ ਕਿਹਾ ਬੰਦਾ ਮਾਰ ਕੇ ਅਤੇ ਉਹਦਾ ਕਿਹਾ ਬਈ ਆਹ ਵੇਲ ਨਾ ਜੋ ਛੜੇ ਪਤਾ ਉਹਨੂੰ ਕੋਈ ਨਹੀਂ ਸਮਝਦਾ ਕਿਹਾ ਮਾਰ ਛੜਿਆ ਹਾਂਜੀ ਮੁਕਰਿਆ ਜ਼ੋਰ ਤਾਲਾ ਬੜਾ ਸੀ ਮੁਕਰਿਆ ਨਹੀਂ ਉਹਨੇ ਆਹ ਮਾਰ ਛੜਿਆ ਉਹਦਾ ਕਿਹਾ ਕਿੱਥੇ ਉਹਨੇ ਆਹ ਨਾ ਤੈਨੂੰ ਲੱਭਦਾ ਨਾ ਮੈਨੂੰ ਮਾਰਿਆ ਨਾ ਕਿ ਢੱਗਿਆਂ ਨੂੰ ਖਵਾ ਜਿਹੜਾ ਮੈਨੂੰ ਲੱਭਦਾ ਪਿਆ ਜਾਂ ਤੈਨੂੰ ਉਹਦਾ ਉਹ ਤਾਂ ਕਹਿੰਦੇ ਤੇਰੇ 'ਤੇ ਪਰਚਾ ਹੋ ਗਿਆ ਕੜੀ ਉਹਦਾ ਕਿਹਾ ਚੱਲ ਟੁਰ ਉਹਨੇ ਕੜੀ ਲਵਾ ਕੇ ਅਤੇ ਨਾਲ ਆ ਗਿਆ ਨਾਲ ਆ ਗਿਆ ਪੁਲਿਸ ਵਾਲੇ ਮੌਕੇ 'ਤੇ ਲਗਾਏ ਗਏ ਮੌਕਿਆਂ 'ਤੇ ਫਿਰ ਉਹਨਾਂ ਲਿਜਾਣਾ ਹੁੰਦਾ ਮੌਕਿਆਂ 'ਤੇ ਲਗਾਉਣ ਉੱਥੇ ਕੋਈ ਸ਼ੈ ਨਹੀਂ ਸੀ ਇੱਕ ਛੋਟੀ ਜਿਹੀ ਨਾ ਬੋਟੀ ਜਿਹੀ ਉੱਥੇ ਪਈ ਸੀ ਇੱਟ ਜਿਹੀ ਸੀ ਉਹ ਇੱਟ ਪੁਲਿਸ ਵਾਲਿਆਂ ਨੇ ਉੱਥੋਂ ਗੱਚ ਲਈ ਉਹ ਸਾਡਾ ਸਾਈ ਸੀ ਇੱਕ ਮਾੜਾ ਜਿਹਾ ਵਿਚਾਰਾ ਉਹਦੇ ਸਿਰ 'ਤੇ ਉਹਨਾਂ ਧਰ ਲਈ ਧਰਾ ਲਈ ਇਹ ਨਾਲ ਸਨ ਸਾਡੇ ਬਜ਼ੁਰਗ ਜਿਹੜੇ ਨਾਲ ਸਨ ਇਹਨਾਂ ਵੇਖਿਆ ਸਾਈ ਵੱਲੋਂ ਸਾਈ ਇਹਨਾਂ ਨੂੰ ਉਂਗਲ ਫੇਰੀ ਕਿ ਚੁੱਪ ਰੱਖੋ ਅੱਗੇ ਪਾਣੀ ਦੀ ਛੱਪੜੀ ਆਈ ਸਾਈ ਉਹਦੇ ਵਿੱਚ ਜਾਣ ਕੇ ਮੂੰਹ ਭਰਨੇ ਜਾ ਪਿਆ ਡਿੱਗ ਪਿਆ ਪੁਲਿਸ ਵਾਲਿਆਂ ਦੋ ਸੋਟੀਆਂ ਮਾਰੀਆਂ ਉਸ ਪੈਰਾਂ ਨਾਲ ਉਸ ਤੋਂ ਲਤਾਲ ਤੋਂ ਵਿੱਚ ਲਾ ਉਹ ਵੀ ਗਈ ਅਰਸ਼ ਉਹਦੇ 'ਚ ਫਿਰ ਇਹਨਾਂ ਦੇ ਪਰਚਾ ਹੋ ਗਿਆ ਚਲਾਣ ਚਲੂਣ ਹੋ ਗਿਆ ਚਲੋ ਅੱਲਾ ਕੀਤਾ ਤੇ ਬਰੀ ਹੋ ਗਿਆ ਇੱਕ ਇੱਥੋਂ ਦਾ ਸੀ ਬਾਜਵਾ ਉਹ ਸਾਡੇ ਪਿਓਾਂ 'ਤੇ ਛਾਤੀ ਬਣ ਗਈ ਮੌਕਿਆਂ ਦਾ ਉਹਦਾ ਪਨੇਵਾ ਸੀ ਬਾਬਾ ਮਹਾਰਾਜ ਗਰਾਇਆ ਲੱਗਦੇ ਵੀ ਸਨ ਸਾਡੇ ਉਹ ਦਾਦਾ ਸਾਡਾ ਜਿਹੜਾ ਵਧਾਇਆ ਸੀ ਉਹ ਨਾਲ ਵਿਆਇਆ ਸੀ ਭਾਵੇਂ ਲਾਦ ਨਹੀਂ ਸੀ ਹੁਣ ਵੀ ਲੱਗਦੇ ਨੇ ਉਦੋਂ ਉਹ ਗਰਾਏ ਅਤੇ ਉਹ ਬਾਜਵੇ ਗੱਖੜ ਸਾਡੇ ਫਿਰ ਲੱਗਦੇ ਸਨ ਇਹ ਸਾਡੇ ਦਾਦੇ ਨੇ ਲਿਆਂਦੇ ਸਨ ਉਹ ਹੋਟੇਲ ਉਹਨੇ ਝੂਟਕਾਣੇ ਤੋਂ ਇਹ ਮੁਸਲਮਾਨ ਸਨ ਅਤੇ ਸਾਡੇ ਦਾਦੇ ਲਿਆਦੇ ਸਨ ਇੱਥੇ ਮੁਸਲਮਾਨ ਕਰਕੇ ਕਿ ਪਿੰਡ ਸਿੱਖ ਨੇ ਸਾਰੇ ਇੱਥੇ ਹਾਂਜੀ ਅੱਗੋਂ ਫਿਰ ਰਿਸ਼ਤੇਦਾਰ ਹਾਂਜੀ ਰਿਸ਼ਤੇਦਾਰ ਵੀ ਸਨ ਉਹ ਸ਼ਹਾਦਤ ਤੋਂ ਨਹੀਂ ਸੀ ਬਹਿੰਦਾ ਦੂਜੇ ਦੋ ਭਰਾ ਪੇਸ਼ ਸਨ ਵੱਡਾ ਸੂਬੇ ਖਾਨ ਵਿੱਚ ਸੁਲਤਾਨ ਅਮਨ ਅਤੇ ਚੌਰੀ ਮੀਰ ਜਿਹੜਾ ਇਹ ਇਸ਼ਤਿਹਾਰੀ ਸੀ ਨਹੀਂ ਇਹ ਨੱਸ ਗਿਆ ਸੀ ਇਹ ਫਿਰ ਸ਼ਹਾਦਤਾਂ ਸਨ ਜਿੱਦਣ ਉਦੋਂ ਨੂੰ ਬਾਬਾ ਮਹਾਰਾਜ ਗਰਾਇਆ ਜਿਹੜਾ ਸੀ ਉਹਦੇ ਨਾਲ ਇੰਨਾ ਗੱਲ ਗਿਣੀ ਕਿ ਮਰਨਾ ਪਿਆ ਕੋਈ ਘਰ ਉਹਦਾ ਉਹ ਮਾਮਾ ਸੀ ਉਹ ਅੰਦਰੋਂ ਆਵਾਜ਼ ਮਾਰ ਕੇ ਬੰਨੇ ਦਿੱਤਾ ਇਹਨਾਂ ਨੇ ਬਾਬਾ ਸਾਡਾ ਚੁੱਕ ਕੇ ਅਤੇ ਆਪਣਾ ਕੱਕੜਾਂ ਵਾਲੀ ਰੱਖ 'ਚ ਲੈ ਗਿਆ ਜਿੱਥੋਂ ਦਾ ਊਧਮ ਸਿੰਘ ਹੋਇਆ
ਕੱਕੜ ਊਧਮ ਸਿੰਘ ਕੱਕੜ ਵਾਲੇ ਹੋਇਆ ਮਸ਼ਹੂਰ ਹੈ ਕਿ ਉਹਦੀ ਛਬੀਲ ਹੋਈ ਉੱਥੇ ਹਾਂਜੀ ਉੱਥੇ ਲਾ ਜਾ ਕੇ ਅਤੇ ਬਾਬੇ ਸਾਡੇ ਬੰਨ ਛੜਿਆ ਉਹਨੂੰ ਛਾਤੀ ਮੌਕਿਆਂ ਦਾ ਜਿਹੜਾ ਛਾਤੀ ਸੀ ਉਹਨੂੰ ਬਾਬੇ ਸਾਡੇ ਬੰਨ ਛੜਿਆ ਉੱਥੇ ਲਿਜਾ ਕੇ ਉਦੋਂ ਅੱਜ ਤਾਂ ਛਾਤਾ ਜਿਹੜਾ ਨਾਂ ਵਿੱਚ ਹੋਏ ਤਾਂ ਇਹਦਾ ਕੇਸ ਵੱਖਰਾ ਕਰ ਛੜੇ ਉਦੋਂ ਨਾਲ ਹੀ ਨਿਬੇੜ ਛੱਡਦੇ ਸਨ ਨਸ਼ੇ ਦਾ ਵੀ ਅਤੇ ਦੂਜੇ ਦਾ ਵੀ ਉਹ ਪਤਾ ਲੱਗਾ ਮੌਕਿਆਂ ਦਾ ਛਾਤੀ ਨੇ ਜੱਜ ਨੇ ਸੁਬਾਹ ਦੀ ਤਰੀਕ ਪਾ ਛੜੀ ਉਹ ਇਹਨਾਂ ਨੂੰ ਤਾਂ ਪਤਾ ਕੋਈ ਨਹੀਂ ਸੀ ਉਦੋਂ ਕਿਹੜਾ ਫੋਨ ਸਨ ਜਾਂ ਗੱਡੀਆਂ ਹੁੰਦੀਆਂ ਸਨ ਜਾਂ ਘੋੜੀਆਂ ਹੀ ਹੁੰਦੀਆਂ ਸਨ ਇਹਨਾਂ ਉੱਥੇ ਟਾਈਮ ਵੇਖ ਕੇ ਅਦਾਲਤ ਦਾ ਟਾਈਮ ਲੱਗ ਗਿਆ ਇਹਨਾਂ ਛੱਡ ਦਿੱਤਾ ਉਹ ਬਾਅਦ ਹੀ ਬੰਦਾ ਉੱਥੋਂ ਭੱਜਿਆ ਕਿ ਉਹਨਾਂ ਆਖਿਆ ਕਿ ਤਰੀਕ ਤਾਂ ਸਵੇਰ ਦੀ ਪੈ ਗਈ ਅਤੇ ਮਰ ਗਏ ਜਾ ਕੇ ਦੱਸਣਾ ਕਿ ਮੈਨੂੰ ਉਹਨਾਂ ਬੰਨ੍ਹੀ ਰੱਖਿਆ ਚੌਧਰੀ ਮੀਰ ਨੇ ਫਿਰ ਘੋੜੀ ਭਜਾਈ ਉਹਨਾਂ ਕੋਲ ਦੋ ਚੋ ਮੀਲਾਂ ਤੂਰਾਂ ਲਿਆ ਕੇ ਦਸਾਂ ਤੋਂ ਉਹਨਾਂ ਫਿਰ ਕਾਬੂ ਕਰ ਲਿਆ ਉਹਨਾਂ ਦੋ ਪੁਰਾਣੀਆਂ ਠੋਕੀਆਂ ਉਹਨੇ ਜਾ ਕੇ ਸੰਗਲ ਮਾਰ ਛੱਡਿਆ ਉਹਨਾਂ ਹਾਲ ਜਦੋਂ ਕਦੇ ਆਖੋ ਤਾਂ ਉਹਦੀ ਛੱਡਣ ਦਾ ਉਦੋਂ ਬਾਅਦ ਛਾਤਾ ਛੁਆਜ ਅੱਗੇ ਸਵਾਲ ਕੀਤਾ ਗਿਆ ਕਿ ਜਿਹੜਾ ਸਾਡਾ ਬੰਦਾ ਨਸਿਆ ਉਹਦਾ ਕੀ ਜੱਜ ਆਖਿਆ ਕਿ ਉਹ ਵੀ ਬਰੀ ਹੈ ਉਦੋਂ ਫਿਰ ਉਹਦਾ ਸੰਗਲ ਖੋਲਿਆ ਉਹਨਾਂ ਉੱਥੇ ਉਸ ਤੋਂ ਬਾਅਦ ਫਿਰ ਇੱਥੇ ਰੱਸੇ ਨੇ ਵੱਸੇ ਨੇ ਸਿੱਖ ਸਾਰਾ ਕੁਝ ਹੋ ਕੇ ਸਾਡੇ ਪਿਓ ਨੂੰ ਅੱਲਾ ਵਸਾਇਆ ਇੱਥੇ ਫਿਰ ਗਏ ਨੇ ਫਿਰ ਜਦੋਂ ਗਏ ਨੇ ਉਦੋਂ ਅੱਲਾ ਗੁੱਲਾ ਪਿਆ ਸਿੱਖ ਫਿਰ ਦੁਆਲੇ ਪੈਂਦੇ ਰਹਿਣੇ ਸਾਡੇ ਪਿੰਡ 'ਚ ਕਿਸੇ ਬੰਦੇ ਨੂੰ ਸਿੱਖਾਂ ਨਹੀਂ ਛੱਡਿਆ ਸਾਡੇ ਬਜ਼ੁਰਗਾਂ ਨੇ ਪੂਰੇ ਪਿੰਡ ਚੋਂ ਕਿਸੇ ਸਿੱਖ ਨੂੰ ਸੋਟੀ ਨਹੀਂ ਮਾਰੀ ਕੋਈ ਉਹ ਗੁਰਦੁਆਰਾ ਸੀ ਉਹਨਾਂ ਦਾ ਉੱਥੋਂ ਇਕੱਠੇ ਹੁੰਦੇ ਸਨ ਇਹ ਕੋਲ ਬਹਿੰਦੇ ਸਨ ਆਉਂਦੇ ਸਨ ਆਪਣੀ ਸਲਾਹ ਜਿਹੜੀ ਤੂੰ ਕਰਨੀ ਕਰ ਲਓ ਤੂੰ ਤੁਰ ਚੱਲਿਓ ਸਾਡਾ ਵੈਰ ਮੁੱਕ ਗਿਆ ਬਾਬਾ ਵੱਡਾ ਜਿਹੜਾ ਸੀ ਸਾਡਾ ਤਾਇਆ ਚੌਰੀ ਸੂਬੇ ਖਾਂ ਉਹਨੂੰ ਫਿਰ ਨਾਲ ਜੋੜ ਕੇ ਸਿੱਖਾਂ ਨੂੰ ਅਤੇ ਨਾਲ ਚੂੜਕਾਣੇ ਜਿੱਥੇ ਕੈਂਪ ਸੀ ਉਹਨਾਂ ਦਾ ਉਹ ਨਾਲ ਛੱਡਣ ਜਾਂਦਾ ਚਾਹੁੰਦਾ ਹਾਂਜੀ ਉੱਥੇ ਛੱਡ ਕੇ ਆਉਂਦਾ ਰਿਹਾ ਇੱਥੋਂ ਤੀਕਰ ਵੀ ਕੀਤਾ ਬਲਾਦਰੀ ਸੀ ਅਤੇ ਵੈਰ ਤਾਂ ਹੁੰਦਾ ਜਿੱਥੇ ਰਹੀਏ ਅਤੇ ਜੇ ਤੁਰ ਜਾਈਏ ਵੈਰ ਮੁੱਕ ਗਿਆ ਬਦਲਾ ਲੈ ਲਿਆ ਤਾਂ ਅਲੱਗ ਲਵੇੜ ਵੀ ਸੀ ਪੁਰਾਣਾ ਇਹਨਾਂ ਉਹਨਾਂ ਨੂੰ ਨਹੀਂ ਸੀ ਪੁੱਛਿਆ ਬਾਬਾ ਰਾਜਾ ਸਿੰਘ ਜਿਹੜਾ ਸੀ ਨਾ ਲੰਬੜਦਾਰ ਇਹਦੇ ਰਿਸ਼ਤੇਦਾਰ ਸਨ ਜੱਗ ਵਾਲੇ ਉੱਥੇ ਆ ਬੰਤਾ ਸਿੰਘ ਅਤੇ ਸੂਬਾ ਸਿੰਘ ਉਦੋਂ ਮੋਤਬੇਰ ਜੱਗ ਵਾਲੇ ਦੇ ਉਹ ਸਨ ਦੋ ਸੂਬਾ ਸਿੰਘ ਜਿਹੜਾ ਜਥਾ ਸਿੰਘ ਵੀ ਸੀ ਸਿੱਖਾਂ ਦਾ ਜਿਹੜਾ ਸਰਦਾਰ ਜਥੇਦਾਰ ਹਾਂਜੀ ਆ ਬੰਤਾ ਸਿੰਘ ਜਿਹੜਾ ਬਦਮਾਸ਼ ਆਦਮੀ ਸੀ ਠੀਕ ਹੈ ਮੋਤਬੇਰ ਉਹ ਸਨ ਦੋ ਜੱਗ ਵਾਲੇ ਦੇ ਉਸ ਤੁਹਾਨੂੰ ਦੱਸਣ ਲੱਗਾ ਜੱਗ ਵਾਲ ਦੀ ਇਹੀ ਦੁਸ਼ਮਣੀ ਸੀ ਜਿਹੜਾ ਉਹ ਬਾਬਾ ਲੰਬੜਦਾਰ ਸੀ ਨਾ ਸਾਡਾ ਰਾਜਾ ਸਿੰਘ ਉਸ ਬੰਤਾ ਸਿੰਘ ਦਾ ਭਰਾ ਕਤਲ ਕਰਵਾਇਆ ਸੀ ਉਹਦੇ ਸਾਖ ਸਨ ਉੱਥੇ ਉਹਨਾਂ ਬੰਤਾ ਸਿੰਘ ਦੇ ਮੁਹਾਲ ਸਨ ਇਹਦੀ ਨਾਲ ਸਲਾਹ ਸੀ ਕਤਲ ਕਰਵਾਉਣ ਦੀ ਹਾਂਜੀ ਬੰਤਾ ਸਿੰਘ ਫਿਰ ਇਹਨੂੰ ਬਾਬੇ ਰਾਜਾ ਸਿੰਘ ਨੂੰ ਇੱਥੇ ਕਬਰਾਂ 'ਚ ਮਰਵਾਇਆ ਸੀ ਬੰਦੇ ਲਾਮੋ ਇਸ਼ਤਿਹਾਰੀ ਆਖੇ ਸਨ ਢਾਬੇ ਜਿੱਥੇ ਹਾਂਜੀ ਦਿਨੇ ਇੱਥੇ ਉਹ ਆਪਣੀ ਪੈਲੀ ਸੀ ਇੱਥੇ ਲਗਾ ਫਿਰਦਾ ਸੀ ਉਹਨੂੰ ਕੋਈ ਨਹੀਂ ਸੀ ਪਤਾ ਇੱਥੇ ਘੋੜੀਆਂ ਦੇ ਬੰਦੇ ਆਏ ਨੇ ਸਾਡੇ ਪਿੰਡ ਦੇ ਬੰਦੇ ਹੋਰ ਵੀ ਉੱਥੇ ਬਥੇਰੇ ਸਨ ਖੜੇ ਉਂਝੇ ਉੱਥੇ ਫਕੀਰ ਜਿਹਾ ਹੁੰਦਾ ਸੀ ਤਾਂ ਉਹਦੇ ਕੋਲ ਕਿਸੇ ਔਕਾ ਛਿਕਣਾ ਕਿ ਬੈਠੇ ਤੋਂ ਲੰਬੜਦਾਰ ਜਿਹੜਾ ਉਹ ਆਪਣੀ ਪੈਲੀ 'ਚ ਫੇਰਾ ਫੂਰਾ ਮਾਰਨ ਗਿਆ ਸੀ ਇਹ ਜਿਹੜਾ ਬੰਤਾ ਸਿੰਘ ਉਹਦੇ ਬੰਦੇ ਨਿਕਲੇ ਸਨ ਉਹਦੇ ਵਾਸਤੇ ਉਹਨਾਂ ਫਿਰ ਇੱਥੇ ਉਹਨੂੰ ਕਤਲ ਕਰ ਦਿੱਤਾ ਇਹ ਜਾਣ ਤੋਂ ਪਹਿਲਾਂ ਦੀ ਗੱਲ ਹੈ ਉਹਦੇ ਭਰਾ ਦੇ ਵੱਟੇ 'ਚ ਉਸ ਉਹਨੂੰ ਮਰਵਾਇਆ ਸੀ ਉਹਨਾਂ ਫਿਰ ਸੰਤਾ ਸਿੰਘ ਸੀ ਨਾ ਛੱਤ ਦੇ ਉੱਤੇ ਸੰਤਾ ਸਿੰਘ ਜਿਹੜਾ ਉੱਥੇ ਪਾਣੀ ਲਾਇਆ ਸੀ ਬੰਤਾ ਸਿੰਘ ਉਹਦੀ ਮੰਜੀ 'ਤੇ ਆ ਕੇ ਲੰਮਾ ਪਿਆ ਸੀ ਉਹ ਆਇਆ ਉਹਨੇ ਆਖਿਆ ਸਰਦਾਰ ਜੀ ਕਿੱਡੇ ਭੁੱਲੇ ਹੋ ਤੁਸੀਂ ਐਵੇਂ ਹੀ ਹੋ ਸਕਿਆ ਪੈ ਰਹੇ ਹੋ ਉੱਥੋਂ ਘਰ ਜਾਓ ਸਮਝ ਜਾ ਮਾਰੂ ਬੰਤਾ ਸਿੰਘ ਮੁਕਬਰ ਬੰਤਾ ਸਿੰਘ ਦਾ ਸੀ ਬੰਤਾ ਸਿੰਘ ਉੱਠ ਕੇ ਘਾਟ ਉੜ ਗਿਆ ਹਾਂਜੀ ਅਤੇ ਉਹਦੀ ਮੰਜੀ 'ਤੇ ਆ ਕੇ ਪੈ ਕੇ ਟੋਕਿਆਂ ਨਾਲ ਉਹਨੂੰ ਉਹਨਾਂ ਵੱਢਿਆ ਸੀ ਸਵੇਰੇ ਮੋਇਆ ਸੀ ਰਾਤੀ ਨਹੀਂ ਸੀ ਮੋਇਆ ਸਵੇਰੇ ਮੋਇਆ ਸੀ ਕਿਉਂਕਿ ਗੱਲਾਂ ਬਾਤਾਂ ਕਰਦਾ ਸੀ ਸਵੇਰੇ ਬੰਤਾ ਸਿੰਘ ਵੇਖਿਆ ਵੇਖ ਕੇ ਸੰਤਾ ਸਿੰਘ ਨੇ ਆਖਿਆ ਕਿ ਸਰਦਾਰ ਨੂੰ ਜਿਹੜਾ ਲਾਮੇ ਕਰ ਲਓ ਇਹਦਾ ਦਿਲ ਥੋੜ੍ਹਾ ਜਿਹਨੂੰ ਟੋਕੇ ਲੱਗੇ ਸਨ ਨਾ ਉਹ ਆਉਂਦਾ ਹੈ ਕਿ ਬੰਤਾ ਸਿੰਘ ਨੂੰ ਸਰਦਾਰ ਨੂੰ ਲਾਮੇ ਕਰ ਲਓ ਇਹਦਾ ਦਿਲ ਥੋੜ੍ਹਾ ਜਿਹੜਾ ਕੁਛ ਸਰਦਾਰ ਇਹ ਗੱਲ ਉਹਨੂੰ ਆਉਂਦਾ
ਕਿ ਮੈਂ ਤੇਰੇ ਵਿਆਹ ਪਤਾ ਨਹੀਂ ਕਿੰਨੇ ਕਰਨੇ ਨੇ, ਤੂੰ ਨਹੀਂ ਵੇਖਣਾ ਆ ਕੇ ਉਂਝ, ਤੂੰ ਨਹੀਂ ਵੇਖਣਾ ਆ ਕੇ ਜਿਹੜੇ ਮੈਂ ਤੇਰੇ ਵਿਆਹ ਕਰਨਾ। ਉਹਦੇ ਵੱਟੇ 'ਚ ਫਿਰ ਉਸ ਬਦਲਾ ਲਿਆ, ਹਾਂਜੀ ਬਦਲਾ ਲਿਆ। ਦੂਜਾ ਕਿ ਪਿੰਡੋ ਉਸ ਕਪੂਰ ਸਿੰਘ ਨੂੰ ਉਸ ਵਿੱਚ ਚੁਕਾ ਲਿਆ, ਚੁੱਕ ਕੇ ਲਾਮੇ ਲੈ ਗਿਆ। ਅੱਜ ਲੋਕੀ 20-20 ਮਾਰ ਛੱਡਣ ਤੇ ਆਉਂਦੇ ਨੇ, ਜਾਂ ਫਿਰ ਕੀ ਉਦੋਂ ਲੋਕੀ ਸਮਝਦੇ ਲਾਸ਼ ਨਾ ਬਰਾਮਦ, ਉਦੋਂ ਲੋਕੀ ਇਹ ਵੀ ਕਰਦੇ ਚੁੱਕ ਕੇ ਲੈ ਜਾਣਾ, ਬਾਅਦ ਵਿੱਚ ਪਰਚਾ ਜਿੱਥੇ ਹੋ ਜਾਣਾ, ਪਤਾ ਲੱਗਣਾ ਪਰਚਾ ਹੋ ਜਾਣਾ, ਉਦੋਂ ਬਾਅਦ ਦੂਜੇ ਦਿਨ ਕਤਲ ਕਰਨਾ, ਉਹ ਫਿਰ ਪਰਚਾ ਕੋਈ ਨਹੀਂ ਕਰਦਾ। ਇਸ ਤੋਂ ਲਿਜਾ ਕੇ ਲਾਮੇ ਬੰਨ੍ਹ ਛੱਡਿਆ ਸਨ, ਬੰਨ੍ਹ ਛੱਡਿਆ ਸਨ, ਆਪ ਦੁਆਲੇ ਘੋੜੀਆਂ ਅਤੇ ਉੱਥੇ ਫਿਰਦੇ ਫੁਰਦੇ ਦੁਆਲੇ ਲੱਗਿਆ, ਫਿਰ ਉਹਨੂੰ ਸੰਗਲ ਮਾਰ ਜਾਣਾ। ਕਈ ਦਿਨ ਹੀ ਲੱਗ ਗਏ ਪਿੱਛੇ ਰੋ ਪਿੱਟ ਕੇ, ਅਤੇ ਘਰ ਦੇ ਚੁੱਪ ਕਰ ਕੁਰ ਗਿਆ ਵੀ ਮਾਰ ਮੂਰ ਛੱਡਿਆ ਨਹੀਂ ਕਿਤੇ। ਹਾਂਜੀ ਉਸ ਇੱਕ ਦਿਨ ਗਲਾਸ ਹੁੰਦੇ ਸਨ ਉਦੋਂ, ਆਹ ਵੱਡੇ ਜਿਹੜੇ ਹੋਣਾ ਸੀ ਅਤੇ ਵੇਖੇ ਕਦੀ ਨਾ ਸਾਡੇ ਤੋਂ ਪੀਤੇ ਹੀ ਜਾਂਦੇ ਨੇ ਪਿੱਤਲ ਦੇ ਗਲਾਸ, ਉਹ ਕਿਤੇ ਸੰਗਲ ਨੂੰ ਲਾਇਆ ਲੋਇਆ ਰਾਤ ਨੂੰ, ਡਰਦਾ ਡੁਰਦਾ ਉਹਦਾ ਖੁੱਲ੍ਹ ਗਿਆ, ਖੁੱਲ੍ਹ ਗਿਆ ਉਸ ਡੋਲ, ਫਿਰ ਮਾਰ ਛੜਿਆ। ਅੱਗੇ ਦੂਜੇ ਦਿਨ ਹੌਲੀ ਉਹ ਚੈੱਕ ਕਰਦਾ ਰਿਹਾ, ਚੈੱਕ ਕਰਦਾ ਰਿਹਾ। ਇੱਕ ਦਿਨ ਉਹਨੇ ਨਾ ਉਹ ਸਾਰੇ ਸ਼ਰਾਬੀ ਹੋਏ ਸਨ, ਉਹ ਸੁੱਤੇ ਸਨ, ਉਸ ਸੰਗਲ ਲਾਇਆ, ਸੰਗਲ ਲਾ ਕੇ ਅਤੇ ਹੌਲੀ ਹੌਲੀ ਨਾ ਨਿਕਲਿਆ ਟੁਰਿਆ, ਅਤੇ ਜਾਂਦਾ ਕੋਈ ਨਹੀਂ ਸੀ ਡਰ ਨਾਲ, ਖੈਰ ਨਿਕਲਿਆ, ਉਹ ਨਿਕਲ ਗਿਆ, ਉਹ ਨਿਕਲ ਗਿਆ। ਅੱਗੋਂ ਬਾਅਦ 'ਚ ਉਹਨਾਂ ਨੂੰ ਪਤਾ ਲੱਗਾ ਉਹ ਘੋੜੀਆਂ ਭਜਾਉਂਦੇ ਨਾ, ਇੰਜ ਲੱਗ ਜਾਣ, ਇੰਜ ਲੱਗ ਜਾਣ। ਇਸ ਤਰ੍ਹਾਂ ਡੇਰਾ ਸੀ ਉੱਥੋਂ ਇੱਕ ਦੋ ਵਾਰ ਲੱਗੇ, ਉੱਥੋਂ ਮੋਤਬੇਰ ਬੰਦਾ ਬੈਠਾ ਸੀ, ਉਰਾ ਪਿੰਡ ਸੀ, ਉਹ ਤੋਂ ਉਹਨਾਂ ਪੁੱਛਿਆ ਕਿ ਇੱਥੇ ਬੰਦਾ ਤਾਂ ਨਹੀਂ ਵੇਖਿਆ, ਐਂ ਲੱਗਦਾ। ਉਹਨੇ ਆਖਿਆ ਨਹੀਂ ਮੈਂ ਕੋਈ ਨਾ ਲੱਭਾ, ਉਹ ਕਿਤੇ ਲੁੱਕ ਕੇ ਅਤੇ ਕਿਤੇ ਫਸਲ 'ਚ ਬਹਿ ਬੂ ਰਿਹਾ। ਉਹ ਦੂਜੇ ਦਿਨ ਤੀਜੇ ਦਿਨ ਉੱਥੋਂ ਲੱਗਿਆ, ਸਿਰ 'ਚ ਸਾਹ ਸੂਹ ਪਾਈ ਕੋਈ, ਉਹਨੇ ਆਵਾਜ਼ ਮਾਰੀ, ਉਹਦਾ ਕਿਹਾ ਉਰਾ ਕੌਣ ਹੈ ਤੂੰ? ਆਂਦਾ ਜੀ ਮੈਂ ਸਾਧੂ ਹਾਂ। ਉਹਨੇ ਆਖਿਆ ਕਿ ਸਾਧੂ ਤੂੰ ਉਹ ਤਾਂ ਨਹੀਂ ਕਿ ਜਿਹਨੂੰ ਕੱਲ੍ਹ ਪਰਸੋਂ ਦੀਆਂ ਘੋੜੀਆਂ ਭੱਜਦੀਆਂ ਫਿਰਦੀਆਂ ਲੱਭਦੀਆਂ ਫਿਰਦੀਆਂ ਨੇ, ਤੂੰ ਉਹ ਸਾਧੂ ਤਾਂ ਨਹੀਂ ਕਿਤੇ? ਉਹਦੇ ਨਾਲ ਪੈਰੀ ਜਾ ਪਿਆ, ਉਹਨੇ ਆਖਿਆ ਵਾ ਮੈਨੂੰ ਰੱਖ ਲਿਆ, ਉਹਦਾ ਕਿਹਾ ਜਾ, ਉਹ ਤਾਂ ਆਪਣੇ ਅੰਦਰ ਉਹਨੂੰ ਬਾ ਲਿਆ, ਲੁਕਾ ਲਿਆ। ਉਹ ਦਿਹਾੜੀ ਦੋ ਉਹਨਾਂ ਦਾ ਦੁਸ਼ਮਣ ਸੀ ਭੱਜਣ ਨੱਸੇ, ਉਹ ਜਿੱਥੋਂ ਉਸ ਲੱਗਣਾ ਸੀ ਉੱਥੋਂ ਆਪਣਾ ਬੰਦਾ ਵੀ ਘੱਲਣਾ ਕਿ ਪਤਾ ਕਰ। ਇੱਕ ਦਿਨ ਉਹਨੇ ਆਖਿਆ ਕਿ ਆ ਹੁਣ ਕੋਈ ਨਹੀਂ ਆਉਂਦੇ, ਹੁਣ ਉਹ ਕੋਈ ਨਹੀਂ ਆਉਂਦੇ, ਉਸ ਉੱਥੋਂ ਉਹਨੂੰ ਪਾਰ ਲਗਾ ਛੱਡਿਆ। ਖੁਦਾ ਤਰਸੀ ਕੀਤੀ, ਉਹਨੇ ਆਖਿਆ ਲੱਗ ਜਾ। ਉਹ ਫਿਰ ਵਾਪਸ ਪਿੰਡ ਆ ਗਿਆ ਸੀ ਇੰਝ ਬਚ ਕੇ। ਜਦੋਂ ਫਿਰ ਸਿੱਖ ਗਏ ਨੇ ਉਦੋਂ ਬੰਤਾ ਸਿੰਘ ਦੇ ਪਾਰੇ ਪੂਰੇ ਅਤੇ ਬੰਦੇ ਇੱਥੇ ਇਸ਼ਤਿਹਾਰੀ ਅਤੇ ਪਾਰੇ ਇਸ਼ਾਰੇ ਲੱਗੇ ਸਨ, ਚੌਕੀ ਉੱਥੇ ਪਈ ਸੀ। ਇਹ ਉਰਲੇ ਨਵੇਂ ਜਾਗੋਵਾਲ ਦੀ ਗੱਲ, ਉਂਝ ਸਿੱਖ ਜਿਹੜੇ ਨੇ 12 ਪਿੰਡ ਸਨ ਸਰਾਵਾਂ ਦੇ, ਇਹ ਫੰਮਿਆਂ ਅਤੇ ਲਾਕੇ ਲਵੇਰਿਆਂ ਅਤੇ ਰੁੱਖੇ ਅਤੇ ਬੱਬਰ ਅਤੇ ਆਰੇ 12 ਪਿੰਡ ਇੱਥੇ ਸਰਾਵਾਂ ਦੇ 12 ਪਿੰਡ, ਸਾਡਾ ਪਿੰਡ ਟਿੱਲੂਆਂ ਦਾ ਸੀ, ਇੱਥੇ ਸਾਰੇ ਟਿੱਲੂ ਸਨ, ਇੱਥੇ ਸਰਾਹ ਕੋਈ ਨਹੀਂ ਸੀ। ਤੁਹਾਨੂੰ ਦੱਸਿਆ ਕਿ ਜਿਹਨੂੰ ਅਸਾਂ ਕਤਲ ਕੀਤਾ ਸੀ ਉਹ ਸਿੱਖ ਸੀ, ਹੰਬੋ ਕੇ ਆਉਂਦਾ ਸੀ, ਇੱਥੇ ਨਾਨਕੀ ਵਿਰਸਾ 'ਤੇ ਆਇਆ ਸੀ, ਇੱਕ ਘਰ ਸੀ ਉਹ, ਹੋਰ ਦੂਜੇ ਸਾਰੇ ਟਿੱਲੂ ਸਨ, ਸਾਡੇ ਲੱਗਦੇ ਬਲਾਦਰੀ ਸਨ। ਹਾਂਜੀ ਉਸ ਤੋਂ ਪਹਿਲਾਂ ਬੰਤਾ ਸਿੰਘ 'ਚ ਜਦੋਂ ਜ਼ੋਰ ਸੀ, ਇਸ ਵੈਰ ਤੋਂ ਪਹਿਲਾਂ ਦੀ ਗੱਲ ਹੈ, ਵੈਰ ਤੋਂ ਬਾਅਦ ਜੋ ਆਇਆ ਫਿਰ 4 ਦਿਨ ਵਸੇ, ਫਿਰ ਸਿੱਖ ਟੁਰ ਗਏ। ਬੰਤਾ ਸਿੰਘ ਦੇ ਨਾਨਕ ਸੇ ਚਦੜੀ, ਉਹ ਚੰਦੜਾ ਪੀੜੀ ਦੇ ਕੋਲ, ਉਹਦੇ ਨਾਨਕੇ ਚੰਦੜੀ ਸਨ, ਅਤੇ ਉੱਥੋਂ ਇਹਦੇ ਨਾਨਕਿਆਂ ਦੀਆਂ ਮੱਝਾਂ ਕੱਢ ਲਈਆਂ ਖਰਲਾਂ ਨੇ, ਖਰਲ ਦੇ ਚੱਕ 'ਤੇ ਸਰਦਾਰ ਖਾਂ ਖਰਲ ਸੀ, ਹੈ ਨਾ ਜੀ, ਬਿਲਕੁਲ ਸਿਰ ਨਾਲ ਨੇ, ਹਾਂਜੀ ਮੁਸਲਮਾਨ ਸਨ, ਉਹਨਾਂ ਮੱਝਾਂ ਕੱਢ ਲਈਆਂ, ਉਹ ਨਾਨਕੇ ਹਾਂਜੀ ਉਹ ਆਏ ਇੱਥੇ ਇਹਦੇ ਕੋਲ, ਦੋ ਤਰੇ ਕੋਲ ਭਨੇਵੇਂ ਕੋਲ ਕਿ ਬੰਤਾ ਸਿੰਘ ਕੋਲ, ਉਹਨੇ ਕਿਹਾ ਕਿ ਸਾਡਾ ਮਾਲ ਕੱਢ ਲਿਆ ਉਹਨਾਂ, ਇੱਥੋਂ ਸਰਾਜ ਜੁੜ ਕੇ ਗਿਆ ਫਿਰ ਸਾਰੇ ਮੱਝਾਂ ਮੰਗਣ ਵਾਸਤੇ। ਉਹ ਸਰਦਾਰ ਖਾਂ ਨੇ ਅਜੇ ਬਿਲਕੁਲ ਸਹੀ ਇਸੇ ਤਰ੍ਹਾਂ ਵੱਸ ਦੇ ਵਿੱਚ ਸਹੀ, ਹਾਂਜੀ ਉਹ ਵੀ ਚੌਧਰੀ ਬੰਦਾ ਸੀ, ਉਹ ਜਵਾਬ ਦੇ ਛੜਿਆ, ਉਹਨੇ ਅੱਜ ਭਾਜੋ ਸੇਮ 'ਚ ਡੁੱਬ ਕੇ ਮਾਰ ਗਈਆਂ, ਮੈਂ ਕੋਈ ਨਹੀਂ ਦੇਣੀਆਂ, ਉਸ ਕੋਈ ਨਹੀਂ ਦਿੱਤਾ, ਉਹਨਾਂ ਜਵਾਬ ਦਿੱਤਾ, ਜਵਾਬ ਦਿੱਤਾ ਜਿੱਥੇ ਫਿਰ ਸਾਡੇ ਦਾਦੇ ਕੋਲ ਆਏ ਚੌਧਰੀ ਮੱਲੇ ਕੋਲ, ਕਿ ਸਾਨੂੰ ਜਵਾਬ ਦਿੱਤਾ ਸੋ ਉੱਥੇ ਮੱਝਾਂ ਮੰਗਣੀਆਂ ਨੇ, ਤਾਂ ਚਲੋ ਚੌਧਰੀ ਮੱਲਾ ਫਿਰ ਨਾਲ ਗਿਆ, ਉਹਨਾਂ ਖਰਲਾਂ ਫਿਰ ਜਵਾਬ ਦੇ ਦਿੱਤਾ, ਹਾਂਜੀ ਉਹਨਾਂ ਜਵਾਬ ਦਿੱਤਾ, ਉਹਨਾਂ ਆਖਿਆ ਕਿ ਮੱਝਾਂ ਕੋਈ ਨਹੀਂ ਦੇਣੀਆਂ, ਸੇਮੇ ਡੁੱਬ ਕੇ ਮਰ ਗਈਆਂ ਨੇ। ਚੌਧਰੀ ਮੱਲੇ ਫਿਰ ਇੱਥੇ ਚੋਰ ਜੋੜੇ, ਉੱਥੇ ਕਾਰਾ ਕਰ ਇੱਥੇ ਆ ਕੇ ਚੋਰ ਜੋੜ ਕੇ ਖਰਲ ਦੀ ਇੱਕ ਕੱਟੀ ਵੀ ਨਹੀਂ ਸੀ ਛੱਡੀ, ਸਾਰਾ ਮਾਲ ਹੀ ਨਾ, ਉਸ ਸਾਰੀ ਹਵੇਲੀ ਦੀ ਹਵੇਲੀ ਲੈ ਆਉਂਦੀ। ਰਾਹ 'ਚ ਗੰਡਾ ਸਿੰਘ ਸੀ ਤੂੰਦੇ ਵਾਲਾ, ਮੂੜੀਆਂ ਬਣਾ ਬਣਾ ਕੇ ਖੁਰੇ ਦੇ ਉੱਤੇ ਧਰਦਾ ਸੀ ਸਰਦੀਆਂ,
ਸਰਾਵਾਂ ਦੇ ਨਾਨਕਿਆਂ ਦੀਆਂ ਮੱਝਾਂ ਸਨ, ਟਿੱਲੂਆਂ ਦਾ ਤੇ ਸੀਰ ਕੋਈ ਨੀ ਸੀ ਵਿੱਚ, ਇੱਥੇ ਸਰਾ ਕੇ ਉਹਦੀ ਲੱਕ ਦੀ ਕੋਈ ਨਾ ਬੱਜੀ, ਫਿਰ ਮਾਲ ਰੱਖਣ ਵਾਸਤੇ ਇੱਥੇ ਵਿੱਚ ਉਧਰ ਮੱਲੇ ਆ ਕੇ ਉਰਾ ਉਰਾ ਦਿਓ ਮੱਝਾਂ ਸਕਣ, ਉਹਦਾ ਕਿਹਾ ਮੇਰੀ ਹਵੇਲੀ 'ਚ ਵਾੜੋ ਸਕ, ਸਰਾ ਆਪਣੋ ਆਪਣੇ ਘਰੀ ਤੁਰ ਗਿਆ ਅਤੇ ਉਧਰ ਮੱਲੇ ਫਿਰ ਇੱਥੇ ਮੱਝਾਂ ਆਪਣੀ ਹਵੇਲੀ 'ਚ ਰੱਖ ਲਈਆਂ। ਵੱਡੇ ਲਈ ਸਵੇਰੇ ਫਿਰ ਇਹ ਹੋਇਆ ਕਿ ਪਿੱਛੋਂ ਪਿੰਡਾਂ ਦੇ ਪਿੰਡ ਖੁਰਾ ਲੈ ਕੇ ਤੇ ਆ ਗਿਆ, ਖੁਰਾ ਤਾਂ ਸਿੱਧਾ ਹੁੰਦਾ ਸੀ, ਫਤਿਹ ਕੀ ਉਹ ਬੰਦਾ ਆਇਆ ਕਿ ਨੱਥੂ ਸਿਵਜੇ ਪੁੱਲ ਦੇ ਉੱਤੇ ਬੰਦਾ ਆ ਗਿਆ ਇੱਥੇ, ਕਿ ਉਹਨਾਂ ਆਖਿਆ ਕਿ ਖੁਰਾ ਲਗਾਉਂਦਾ ਮੂਲ ਲਗਾਉਂਦਾ ਮਗਰ, ਅਤੇ ਉਧਰ ਮੱਲਾ ਜਿਹੜਾ ਦਾਦਾ ਸੀ ਸਾਡਾ ਉਹ ਅਸੀਂ ਤੋਂ ਕੰਮੀ ਨੂੰ ਉਦੋਂ ਹੋਕਾ ਹੀ ਦਵਾਉਂਦੇ ਹੁੰਦੇ, ਸਾਡੇ ਵੇਖਿਆ ਵੀ ਹੋਕਾ ਦਵਾਉਂਦੇ, ਉਦੋਂ ਕਿਹੜਾ ਲਾਈਟ ਉੱਡਦੀ ਸੀ ਚੱਕੋ ਚੱਕ, ਆ ਗੁਰਦੁਆਰੇ ਉੱਤੇ ਚਾੜ ਕੇ ਚੌਕੀ ਤਾਰਾਂ ਨੂੰ ਹੋਕਾ ਦਵਾਉਣਾ, ਹਾਂਜੀ ਹੋਕਾ ਦਵਾਇਆ ਅਤੇ ਸਾਰਾ ਪਿੰਡ ਵਿੱਚ ਨਿਕਲੋ ਖੁਰਾ ਲਗਾਉਂਦਾ। ਇੱਥੋਂ ਫਿਰ ਜਾਗੋ ਵਾਲਾ ਅਤੇ ਮੰਝ ਵਾਲੀ, ਜਾਗੋ ਵਾਲੇ ਬੰਦਾ ਘੱਲਿਆ ਅਤੇ ਜਾਗੋ ਵਾਲਾ ਅਤੇ ਮੰਝ ਵਾਲੀ ਦੋਵੇਂ ਇਕੱਠੇ ਹੋ ਕੇ ਢੋਲ ਨਾਲ ਲਿਆ, ਦਿਨੇ ਵਿਸਾਖ ਜੇਠ ਸੀ, ਵਾਢੀਆਂ ਕਣਕਾਂ ਦੀਆਂ ਪਈਆਂ ਸਨ, ਉੱਥੇ ਜਾ ਕੇ ਦਾਦਾ ਸਾਡਾ ਘੋੜੀ 'ਤੇ ਸੀ, ਉੱਥੇ ਫਿਰ ਲੜਾਈ ਹੋ ਗਈ, ਡਾਂਗ ਸੋਟੇ ਦੀ ਲੜਾਈ ਹੋ ਗਈ, ਬੰਦੂਕਾਂ ਉਦੋਂ ਹੁੰਦੀਆਂ ਕੋਈ ਨਹੀਂ ਸਨ, ਹਾਂਜੀ ਫਤਿਹਗਿਆਲੀ ਪੁੱਲ 'ਤੇ ਫਿਰ ਲੜਾਈ, ਬੜੀ ਲੜਾਈ, ਫਿਰ ਮੁਲਕ ਸੀ ਉਤਲ ਉਤਲੀ, ਜਿਹੜਾ ਸਰਦਾਰ ਖਾਂ ਖਰਲ ਸੀ ਉਸ ਘੋੜੀ ਭਜਾਈ ਸਾਡੇ ਦਾਦੇ ਉਹਦੇ ਮਗਰ ਘੋੜੀ ਭਜਾਈ, ਉਹ ਚਾਦਰ ਲਾ ਕੇ ਅਤੇ ਉੱਤੋਂ ਸੱਠੀ, ਉਹਦਾ ਕਿਹਾ ਖਲੋਰ, ਉਹਦਾ ਕਿਹਾ ਸਾਨ ਗੜ ਕੇ ਖਲੋਰ ਰਹਿੰਦੇ ਨੇ ਖਲੋਰ ਹੋ ਸਕਿਆ, ਉਹਦਾ ਕਿਹਾ ਇਹਨੂੰ ਕੋਈ ਨਾ ਆਖਿਆ ਗਿਆ, ਉਹ ਪਰਾਂ ਜਾ ਕੇ ਇਹਦੇ ਅੰਦਰ ਵੜ ਗਿਆ ਚੌਧਰੀ ਜਿਹੜਾ ਸੀ, ਉਹ ਮਗਰੋਂ ਕੁਛ ਸ਼ੁਦੇ ਬੰਦਿਆਂ ਦੇ ਕੰਮ 'ਚ ਉਹ ਗਿਆ, ਉਹਨੇ ਆਖਿਆ ਵੀ ਚੌਧਰੀ ਮੱਲਾ ਆਇਆ ਅਤੇ ਬੂਹਾਲਾ ਨਾਲ, ਉਹਦਾ ਕਿਹਾ ਮੈਂ ਚੌਧਰੀ ਮੱਲਾ, ਉਹਨੇ ਬੂਹਾ ਲਾਇਆ ਜੋ ਉਹਨੇ ਬੰਦਿਆਂ ਬਿਸਤ ਬੁਸਤ ਕੀਤਾ, ਮਾੜੀ ਗੱਲ ਸੀ। ਇੱਥੇ ਫਿਰ ਲੜਾਈ ਹੋਈ, ਆਮ ਦਿਨ ਗ੍ਰਹਿ ਜਿਹੜਾ ਸੀ ਮਹਾਰਾਜ ਗ੍ਰਹਿ ਦਾ ਭਰਾ ਉਤਲੋ ਸੈਨ ਖਰਲ ਸੀ, ਇਹਨਾਂ ਦੋਵਾਂ ਉਤਲੋ ਉਤਲੀ ਸੋਟੇ ਵੱਜਣ, ਉਹਦਾ ਸੋਟਾ ਇਹਨੂੰ ਵੱਜਿਆ, ਇਹਦਾ ਉਹਨੂੰ ਵੱਜਿਆ, ਦੋਵੇਂ ਹੀ ਡਿੱਗ ਪੈਣ, ਉਹ ਵੀ ਡਿੱਗ ਪਿਆ, ਉਹ ਵੀ ਡਿੱਗ ਪਿਆ, ਇਹਦੇ ਉੱਤੇ ਸਾਡੇ ਪਿੰਡ ਦੇ ਬੰਦੇ ਖਲੋ ਗਏ, ਸਿਰ ਦੋਵਾਂ ਦੇ ਪਾਟ ਗਏ, ਇਹਦੇ ਉੱਤੇ ਬੰਦੇ ਖਲੋ ਗਏ, ਉੱਤੋਂ ਸੋਟਾ ਨਹੀਂ ਵੱਜਣ ਦਿੱਤਾ, ਉਹਨੂੰ ਬੰਦਿਆਂ ਨਹੀਂ ਉੱਠਣ ਦਿੱਤਾ, ਉਹ ਪਿੰਡ ਦੇ ਵਿੱਚ ਕਤਲ ਹੋ ਗਿਆ, ਜ਼ਖਮੀ ਜਿਹੜੇ ਉਹਨੂੰ ਪਤਾ ਨਹੀਂ ਕਿ ਅਸੈਣ ਅਸੈਣ ਖਰਲ ਅਸੈਣ ਗਰ ਸਰਦਾਰ ਖਾਂ ਦਾ ਭਰਾ ਸੀ ਚੌਧਰੀ, ਹਾਂਜੀ ਉਹ ਕਤਲ ਹੋ ਗਿਆ, ਇਹ ਉੱਠ ਗਿਆ, ਜ਼ਖਮੀ ਲੋਕ ਚੌਖੇ ਹੋਏ ਸਨ, ਉਹ ਇੱਕ ਵਿੱਚ ਕਤਲ ਹੋਇਆ ਸੀ, ਕਤਲ ਹੋਇਆ ਫਿਰ ਸਾਡਾ ਪਿੰਡ ਨੱਸ ਗਿਆ, ਫਿਰ ਸਾਰਾ ਘੋੜੀਆਂ ਛੁੜੀਆਂ ਅਰਸਾ ਖੋਹ ਲਈਆਂ, ਭੱਜ ਭੁੱਜ ਗਿਆ, ਮਾਰ ਕੁੱਟ ਕੇ ਲੜਿਆ ਜਾਗੋ ਵਾਲਾ ਅਤੇ ਮੰਝ ਵਾਲੀ ਸੀ, ਦੋ ਪਿੰਡ ਉਹਨਾਂ ਨਾਲ, ਹਾਂਜੀ ਉਹ ਉੱਥੇ ਫਿਰ ਨੱਸ ਨੁੱਸ ਗਿਆ, ਚਲੋ ਉਦੋਂ ਬਾਅਦ ਕਤਲ ਹੋ ਗਏ, ਇੰਨੇ ਜ਼ਖਮੀ ਸਨ, ਸਾਡੇ ਪਿੰਡ ਵਾਲੇ ਵੀ ਨੱਸ ਗਏ ਉੱਥੇ ਲੋਕ ਸਾਰੇ ਇੱਕ ਦਿਨ 'ਤੇ। ਦੂਜੇ ਦਿਨ ਦਾਦਾ ਸਾਡਾ ਇੱਥੇ ਨਾਰੋ ਪਰਾ ਇਹਨਾਂ ਫੰਮੇ ਵਾਲਾ ਚੌਧਰੀ ਮਮਨ ਕਾ ਡੇਰਾ ਸੀ, ਉੱਥੇ ਜਾ ਕੇ ਜੁਆਈ ਸਾਸੂ ਉਹਦੇ ਡੇਰੇ 'ਤੇ ਜਾ ਕੇ ਅਤੇ ਬੈਠਾ ਸੀ, ਸਾਡੇ ਬਜ਼ੁਰਗ ਜਿਹੜੇ ਨੇ ਛੋਟੇ ਸਨ, ਬੱਬਰੀ ਸਨ, ਟਿੱਲੂ ਸਾਡੀ ਬਲਾਦਰੀ, ਉਹਨਾਂ ਕੋਲ ਉੱਥੇ ਤੁਰ ਗਿਆ, ਆਪੋ ਆਪ 'ਚ ਕਿੱਥੇ ਤੁਰ ਗਿਆ, ਇਹ ਉਤਲੋਂ ਦੀ ਪੈਲੀਆਂ ਦੇ ਵਿੱਚ ਉਹਦੇ ਹੁੰਦੇ ਨਾ, ਉਹਦੇ ਆ ਗਏ, ਇਹਨਾਂ ਨੂੰ ਵੇਖੇ ਉਹਨੇ, ਆਉਂਦੇ ਨੇ ਤੂੰ ਕਿੱਥੇ ਗਿਆ ਸਾ, ਉਹਨੇ ਆ ਮੈਂ ਤਾਂ ਬੱਬਰੀ ਤੁਰ ਗਿਆ ਸੀ, ਇੱਥੋਂ ਆਉਂਦੇ ਨੇ ਲਓ ਜੀ ਮੈਂ ਇਹਨੇ ਨਾਲ ਹੀ ਆਪਣੇ ਬਾਲ ਰੋਲ ਲੈਣ, ਆਉਂਦੇ ਨੇ ਚੱਲ ਤੋ ਉੱਥੇ ਪਿੰਡ ਲਗਾ, ਸਾਡੇ ਮਕਾਨਾਂ 'ਤੇ ਪੁਲਿਸਾਂ ਡੇਰੇ ਲਾਇਆ ਸੀ, ਹਾਂਜੀ ਬਲੂ ਡੰਡਾ ਹੁੰਦਾ, ਕੋਈ ਡੰਡੇ ਡੁੰਡੇ ਹੁੰਦੇ ਸੀ, ਉਦੋਂ ਆ ਕੇ ਉਹਨਾਂ ਨਾਲ ਐਂ ਕਰਕੇ ਠੁੱਡਾ ਮਾਰਿਆ ਮੰਜੀ ਨੂੰ, ਉਹਨਾਂ ਕਹਿ ਥੱਲੇ ਲੈ ਜੀ, ਉਹਨੂੰ ਵੇਖ ਕੇ ਉਹ ਸਾਰੇ ਜਿੱਥੇ ਜਿੱਥੇ ਲੁਕੇ ਸਨ ਸਾਰੇ ਪੁਲਿਸ ਵਾਲਿਆਂ ਨੇ ਚੱਕ ਕੇ, ਤਾਂ ਇੱਥੇ ਆ ਬਾਗ ਜਿਹਾ ਹੁੰਦਾ ਸੀ, ਉਹਨਾਂ ਇੱਥੇ ਪਾਇਆ ਰੋਟੀਆਂ ਪਕਾਈਆਂ, ਵੇਖਿਆ ਜਿੰਨਾ ਜਿੰਨਾ ਬੰਦਿਆਂ 'ਤੇ ਪਰਚਾ ਜਾਗੋ ਵਾਲਿਆਂ 'ਤੇ ਇਸ ਉਹਨਾਂ ਬੰਦਾ ਘੱਲਿਆ ਸੱਦੇ ਗਿਆ, ਉਹ ਆ ਗਏ ਬਹਿ ਕੇ ਗੱਲਬਾਤ ਹੋ ਗਈ, ਉਹਨਾਂ ਨੂੰ ਉਹਨਾਂ ਆਖਿਆ ਕਿ ਜਾਓ ਤੁਸੀਂ ਘੱਟ ਜਾਓ, ਬੰਦਿਆਂ ਨੂੰ ਚੋਰੀ ਮੱਲੇ ਆਖਿਆ ਕਿ ਜਾਓ ਤੁਸੀਂ ਤੁਰ ਜਾਓ ਆਪਣੇ ਘਰ, ਅਤੇ ਸਵੇਰੇ ਆ ਗਿਆ, ਉਹ ਸਵੇਰੇ ਆ ਗਿਆ, ਆ ਕੇ ਪੇਸ਼ ਹੋ ਗਿਆ,
ਪੇਸ਼ ਹੋ ਕੇ ਚਲਾਨ ਹੋ ਗਿਆ ਫਿਰ ਜ਼ਿਲ੍ਹੇ ਟੁਰ ਗਏ ਜ਼ਿਲ੍ਹੇ ਟੁਰ ਗਏ ਇਹਨਾਂ ਸਰਾਵਾਂ ਫਿਰ ਸਾਡੇ ਦਾਦੇ ਨਾਲ ਵਕੀਲ ਵੀ ਵੱਖਰਾ ਕਰ ਲਿਆ ਸੀ ਵਕੀਲ ਵੀ ਬੰਤਾ ਸਿੰਘ ਕਿਹਾ ਵੱਖਰਾ ਕਰ ਲਿਆ ਸੀ ਆਪਣਾ ਕਿਉਂਕਿ ਲੜਾਈ ਸੀ ਉਹਨਾਂ ਦੀ ਲੜੀ ਸੀ ਤਾਂ ਕਰਕੇ ਹੈ ਇਹਨਾਂ ਵਕੀਲ ਵੀ ਵੱਖਰਾ ਗਏ ਉਹਦੇ 'ਚ ਫਿਰ ਕੁਛ 6 ਮਹੀਨੇ ਕੁਛ ਸਾਲ ਸਜ਼ਾ ਹੋ ਗਿਆ ਸੀ ਦੂਜੇ ਬਰੀਏ ਦੇ ਦਾਦੇ ਸਾਡੇ ਫਿਰ ਦਿੱਤੀ ਇੱਕ ਕੱਟੀ ਵੀ ਨਹੀਂ ਸੀ ਨਾ ਖਰਲਾਂ ਨੂੰ ਅਤੇ ਨਾ ਇਹਨਾਂ ਸਰਾਵਾਂ ਨੂੰ ਅਤੇ ਨਾ ਕਿਉਂ ਸਾਰੀ ਵੀ ਖਾ ਗਿਆ ਸੀ ਅੱਛਾ ਫਿਰ ਆਪ ਹੀ ਰੱਖ ਲਿਆ ਆਪ ਹੀ ਖਾ ਗਿਆ ਇੱਕ ਕੱਟੀ ਵੀ ਨਹੀਂ ਸੋ ਦਿੱਤੀ ਸਾਰੇ ਮਾਲ 'ਚ ਚਲਾਨ ਤੇ ਨਾਲ ਹੀ ਸੀ ਵਕੀਲ ਵੀ ਵੱਖਰਾ ਕਰ ਲਿਆ ਸੀ ਲੜਾਈ ਤੇ ਉਹਨਾਂ ਦੀ ਸਾਡੀ ਕਿਹੜਾ ਲੜਾਈ ਸੀ ਇਹ ਪਿੰਡ 12 ਨੇ ਸਰਾਵਾਂ ਦੇ ਲਵੇਰਿਆਂ ਤਿਕਰ ਬੱਬਰ ਛੱਬਰ ਸਾਰਾ ਕੁਝ ਸਾਡਾ ਪਿੰਡ ਟਿੱਲੂਆਂ ਦਾ ਸੀ ਇੱਥੇ ਸਿੱਖ ਸਨ ਅਸੀਂ ਮੁਸਲਮਾਨ ਸਨ ਸਾਡਾ ਪੜਦਾਦਾ ਵੀ ਮੁਸਲਮਾਨ ਸੀ ਤੁਹਾਨੂੰ ਦੱਸਾਂ ਕਿ ਸਾਡੇ ਪੜਦਾਦੇ ਦਾ ਸਾਡਾ ਦਾਦਾ ਪੜਦਾਦਾ ਤੇ ਤ੍ਰੈ ਭਰਾ ਸਨ ਤ੍ਰਾਵਾਂ ਦੇ ਇੱਕ ਇੱਕ ਪੁੱਤਰ ਸੀ ਇੱਕ ਦਾ ਚੌਧਰੀ ਮੱਲਾ ਸੀ ਇੱਕ ਦਾ ਸੀ ਆਪਣਾ ਰਾਜਾ ਸਿੰਘ ਲੰਬੜਦਾਰ ਛੋਟਾ ਜਿਹੜਾ ਸੀ ਉਹ ਵਧਾਇਆ ਸੀ ਉਹ ਵੀ ਮੁਸਲਮਾਨ ਸੀ ਦਾਦਾ ਸਾਡਾ ਵੀ ਸਾਡੇ ਦਾਦੇ ਦਾ ਪਿਓ ਵੀ ਮੁਸਲਮਾਨ ਉਹ ਜਿਹੜਾ ਲੰਬੜਦਾਰ ਸੀ ਉਹ ਸਿੱਖ ਹੀ ਸੀ ਨਾਲ ਅਸੀਂ ਤ੍ਰਾਵਾਂ ਭਰਾਵਾਂ ਦਾ ਇੱਕੋ ਇੱਕ ਪੁੱਤਰ ਸੀ ਤੇ ਦੂਜੇ ਫਿਰ ਵਿੱਚ ਲੱਗ ਲਪੇੜ ਵੀ ਸੀ ਉਹ ਸਾਰੇ ਸਿੱਖ ਸਨ ਉਹ ਹੰਬੋ ਕਿਆਂ ਦਾ ਸਿੱਖ ਸੀ ਜਿਹਨੂੰ ਫਿਰ ਕਤਲ ਕੀਤਾ ਸੀ ਅੱਛਾ ਹਾਂਜੀ ਤੁਹਾਡੇ ਹੁਣ ਜਿਹੜੇ ਉੱਥੇ ਇੰਡੀਆ 'ਚ ਰਿਸ਼ਤੇਦਾਰੀ ਹੈਗੀ ਹੈ ਬਰਾਦਰੀ ਤੇ ਹੈ ਨਾ ਹਾਂਜੀ ਜਿਹੜੇ ਇੱਥੋਂ ਗਏ ਨੇ ਉਹਨਾਂ ਨਾਲ ਕਦੀ ਆਉਣ ਜਾਣ ਹੈਗਾ ਤੁਹਾਡਾ ਹੁਣ ਸਾਡਾ ਮੁੰਡਾ ਗਿਆ ਸੀ ਇੱਕ ਵਾਰੀ ਉਹ 2 ਵਾਰੀ ਇੱਥੇ ਆਇਆ ਅੱਛਾ 2 ਵਾਰੀ ਆਏ ਨੇ ਇੱਥੇ ਕਿਹੜੇ ਕਿਹੜੇ ਸੰਚ ਆਏ ਨੇ ਬਾਬਾ ਰਾਜਾ ਸਿੰਘ ਦਾ ਪੋਤਰਾ ਆਇਆ ਸੀ ਇੱਥੇ ਸਾਡਾ ਅੱਛਾ ਤੇ ਦੂਜਾ ਜਿਹੜਾ ਸੂਬੇਦਾਰ ਸੀ ਨਾ ਸੁੰਦਰ ਸੂਬੇਦਾਰ ਦਾ ਹਾਂਜੀ ਉਹਦਾ ਪੁੱਤਰ ਸੀ ਕਿ ਪੋਤਰਾ ਸੀ ਪੁੱਤਰ ਸੀ ਉਹਦਾ ਉਹਦਾ ਪੁੱਤਰ ਸੀ ਇਹ ਦਾ ਹਾਨੀ ਸੀ ਅੱਛਾ ਅਸਾਂ ਤਾਂ ਫਿਰ ਉਹ ਵੇਖਿਆ ਨਹੀਂ ਤਾਂ ਜਦੋਂ ਗਏ ਨੇ ਉਦੋਂ ਐਡਾ ਕੁਛ ਸੀ ਉਹ 2 ਵਾਰੀ ਆਇਆ ਨਾਲ ਉਹਦੇ ਤੁਹਾਡਾ ਜਿਹੜਾ ਹਾਨੀ ਸੀ ਉਹ ਆਇਆ ਸੀ ਹਾਂਜੀ ਉਹਦੇ ਤੁਹਾਨੂੰ ਹਾਂਜੀ ਕੋਈ ਗੱਲਬਾਤ ਕੀਤੀ ਉਹਨੇ ਕਿ ਕਿੱਦਾਂ ਰਹਿੰਦੇ ਉੱਥੇ ਨਹੀਂ ਕੋਈ ਗੱਲ ਛੋਟੇ ਸਨ ਇੱਕ ਦੂਜੇ ਨੂੰ ਇਹਨਾਂ ਕਿ ਸਮਝਾਉਂਦੇ ਸਨ ਇਹਨੇ ਹੋਏ ਹੋਈ ਗੱਲ ਸੋ ਕਰ ਬੱਚੇ ਸਨ ਉਹਦੇ ਹਾਂਜੀ ਜਲਦੀ ਆ ਗਏ ਸੀ ਇਹ ਜਵਾੜਿਆਂ ਤੋਂ ਬਾਅਦ ਨਹੀਂ ਨਹੀਂ 98 ਦੀ ਗੱਲ ਹੈ ਮੇਰਾ ਖਿਆਲ ਹੈ ਹਾਂ ਪਿਛੇ ਆ ਗਏ ਉਹ ਨਹੀਂ ਗੱਲ 98 ਦੀ ਗੱਲ ਸਹੀ ਹੋ ਮੈਨੂੰ ਦੱਸੋ ਤੁਹਾਡੀ ਜਿਹੜੀ ਨਸਲ ਹੈ ਇਹਦੇ ਵਿੱਚ ਹੁਣ ਕਿਹਦੀ ਕਿਹਦੀ ਔਲਾਦ ਹੈ ਇਸ ਟਾਈਮ ਮੌਜੂਦ ਜਿਹੜੇ ਤੁਹਾਡੇ ਚੌਧਰੀ ਸਨ ਅਮੀਰ ਅਲੀ ਤੇ ਇਹ ਵੱਡਾ ਤੇ ਸੀ ਨਾ ਚੌਧਰੀ ਸੂਬੇ ਖਾਂ ਉਹਦਾ ਇੱਕ ਪੁੱਤਰ ਸੀ ਵੱਡਾ ਸਾਦਕ ਸੀ ਉਹਦੇ ਨਾਲ ਉਹ ਫੋਤ ਹੋ ਗਿਆ ਸੀ ਉਹਦੀ ਔਲਾਦ ਕੋਈ ਨਹੀਂ ਸੀ ਸਹੀ ਉਸ ਤੋਂ ਛੋਟਾ ਸੀ ਨਵਾਦ ਮੰਮਨ ਨਵਾਦ ਉਹਦੇ 5 ਪੁੱਤਰ ਨੇ ਅੱਛਾ ਵੱਡਾ ਆਪਣਾ ਸ਼ਾਨ ਸ਼ਾਨ ਨਵਾਦ ਅੱਛਾ ਛੋਟਾ ਉਮਰ ਸਹੀ ਉਦੋਂ ਛੋਟਾ ਸਲੈਣ ਅਨੀਫ ਜ਼ੈਨ ਉਦੋਂ ਗਾਂ ਦਾ ਬੱਚਾ ਸਾਰਾ ਅੱਛਾ ਸਾਰੇ ਹੁਣ ਬਰਾਦਰੀ ਤੁਹਾਡੀ ਤੇ ਸਾਰੇ ਰਿਸ਼ਤੇਦਾਰੀ ਹੁਣ ਪਿੰਡ ਦੇ ਵਿੱਚ ਹਾਂਜੀ ਪਿੰਡ ਬਾਹਰਲੇ ਮੁਲਕਾਂ ਦੇ ਵੀ ਬੈਠੀ ਹੈ ਇੱਥੇ ਇਹ ਬਾਹਰ ਗਏ ਸਨ ਆ ਗਏ ਨੇ ਸਾਰੇ ਮੁੰਡੇ ਹਾਂਜੀ ਅਸਲੇ ਸਾਰੇ ਇੱਥੇ ਬਾਹਰ ਹਾਂਜੀ ਤੇਰੀ ਸੁਬੇ ਖਾਂ ਦੇ ਤੇ ਗਿਣੇ ਗਏ ਹਾਂਜੀ ਇੱਕ ਪੁੱਤਰ ਤੇ 5 ਪੋਤਰੇ ਸਹੀ ਚੋਰੀ ਮੀਰ ਦੇ ਸਨ 5 ਪੁੱਤਰ ਕੀ ਕੀ ਨਾਮ ਸੀ ਉਹਨਾਂ ਦਾ ਮਨਜ਼ੂਰ ਅਹਿਮਦ ਵੱਡਾ ਜਿਹੜਾ ਸੀ ਛੋਟਾ ਨਜ਼ੀਰ ਅਹਿਮਦ ਹਾਂਜੀ ਉਹ ਦੋਵੇਂ ਭਰਾ ਫੋਤ ਹੋ ਗਏ ਨੇ ਨਜ਼ੀਰ ਅਹਿਮਦ ਦੀ ਔਲਾਦ ਕੋਈ ਨਹੀਂ ਸੀ ਮਨਜ਼ੂਰ ਅਹਿਮਦ ਦੇ 2 ਪੁੱਤਰ ਸਨ ਸ਼ਿਵਾਜ ਫਲਕ ਸ਼ੇਰ ਅੱਗੋਂ ਸ਼ਿਵਾਜ ਦੀਆਂ 2 ਬੱਚੀਆਂ ਨੇ ਫਲਕ ਸ਼ੇਰ ਦੇ 2 ਬੱਚੇ ਨੇ ਸ਼ਾਨ ਤੇ ਅਲਾ ਤੋਕਰ ਅੱਗੋਂ ਪੋਤਰੇ ਨੇ 2-3 ਪੋਤਰੇ ਨੇ ਅੱਗੋਂ ਫਲਕ ਸ਼ੇਰ ਦੇ ਹਾਂਜੀ ਅੱਗੋਂ ਹਾਂਜੀ ਚੋਰੀ ਮੀਰ ਦੇ ਪੇ ਕਹਿੰਦੇ ਹਾਂ ਨਾ ਹਾਂਜੀ ਅੱਗੋਂ ਛੋਟੇ ਉਹਨਾਂ ਤੋਂ ਹੋ ਗਏ ਨਜ਼ੀਰ ਅਹਿਮਦ ਤੋਂ ਛੋਟੇ ਗੁਲਾਮ ਰਸੂਲ ਇਹਨਾਂ ਦਾ ਵੱਡਾ ਸੀ ਪੁੱਤਰ ਅਰਸ਼ਾਦ ਅਹਿਮਦ ਫੌਤ ਹੋ ਗਿਆ ਉਹਦੇ 2 ਬੱਚੇ ਨੇ ਅਸਲਾਨ ਤੇ ਇਸਮਾਨ ਉਹਨਾਂ ਦੇ ਵੀ ਅੱਗੋਂ ਬੱਚੇ ਨੇ ਹਾਂਜੀ ਛੋਟਾ ਜਿਹੜਾ ਉਹਦੇ ਨਾਲ ਜ਼ੁਲਫਕਾਰ ਫਰੂਕ ਸੀ ਉਹ ਸ਼ਾਦੀ ਤੋਂ ਪਹਿਲਾਂ ਫੌਤ ਹੋ ਗਿਆ ਸੀ ਸ਼ਾਦੀ ਤੋਂ ਪਹਿਲਾਂ ਫੌਤ ਉਸ ਤੋਂ ਛੋਟਾ ਜ਼ੁਲਫਕਾਰ ਦਾ ਇੱਕ ਪੁੱਤਰ ਹੈ ਇੱਕ ਬੱਚੀ ਸੀ ਤੇ ਇੱਕ ਬੱਚਾ ਸੀ ਹਮਜ਼ਾ ਉਹਦੇ ਨਾਲ ਪੁੱਤਰ ਦੇ ਤੇ ਉਹਦਾ ਛੋਟਾ ਆਬਦ ਉਹ ਵੀ ਸ਼ਾਦੀ ਤੋਂ ਪਹਿਲਾਂ ਪੇਸ਼ਾ ਫੌਤ ਹੋ ਗਿਆ ਉਦੋਂ ਛੋਟਾ ਹੈ ਨਵੀਦ ਉਹਦੇ 3 ਬੱਚੇ ਨੇ
ਹਾਂਜੀ ਉਹ ਤੋਂ ਛੋਟਾ ਅਹਿਮਦ ਖਾਨ ਸ਼ਫਾਕ ਉਹ ਵੀ ਬੱਚਿਆਂ ਵਾਲਾ ਛੋਟਾ ਜ਼ਫਰ ਉਹ ਬਾਹਰ ਹੁੰਦਾ ਉਹਦੇ ਆਪਣਾ ਦੋ ਬੱਚੇ ਇੱਕ ਬੱਚੀ ਹੈ ਸ਼ਫਾਕ ਕੋਲ ਵੀ ਦੋ ਬੱਚੀਆਂ ਨੇ ਉਦੋਂ ਛੋਟਾ ਸਾਰਿਆਂ ਤੋਂ ਛੋਟਾ ਚੌਧਰੀ ਬਸ਼ੀਰ ਅਹਿਮਦ ਹਾਂਜੀ ਦੋ ਬੱਚੇ ਦਾ ਵੱਡਾ ਸ਼ੇਰਬਾਜ ਸੀ ਫੌਤ ਹੋ ਗਿਆ ਛੋਟੇ ਦੇ ਨਾਲ ਤਈਬ ਸ਼ੇਰਬਾਜ ਦਾ ਇੱਕ ਬੱਚਾ ਵੀ ਹੈ ਤਈਬ ਦਾ ਅੱਗੋਂ ਬੱਚਾ ਜੇ ਕੋਈ ਨਹੀਂ ਇਮਰਾਨ ਖਾਨ ਦੋ ਬੱਚੀਆਂ ਨੇ ਉਦੋਂ ਛੋਟਾ ਮਾਇਆ ਮਾਮਾ ਯੂਸਫ ਮੇਰੇ ਬੱਚਾ ਕਾਮਰਾਨ ਚਾਰ ਬੱਚੀਆਂ ਠੀਕ ਹੋ ਗਿਆ ਸਰ ਬੜਾ ਚੰਗਾ ਲੱਗਿਆ ਤੁਹਾਡੇ ਕੋਲ ਪੁਰਾਣੀ ਦਾਸਤਾਨ ਸੁਣ ਕੇ ਸ਼ੁਰੂ ਤੋਂ ਰਹਿਣ ਵਾਲੇ ਅਸੀਂ ਇੱਥੇ ਹੁਣ ਇਸ ਪਿੰਡ ਦੇ ਵਿੱਚ ਕਿਹੜੀ ਕਿਹੜੀਆਂ ਬਰਾਦਰੀਆਂ ਆ ਕੇ ਬੈਠੀਆਂ ਨੇ 47 ਤੋਂ ਬਾਅਦ ਅੱਛਾ ਪੱਟੀ ਵੀ ਰਾਜਪੂਤ ਕਿਧਰੋਂ ਕਿਧਰੋਂ ਆ ਕੇ ਬੈਠੇ ਨੇ ਇੱਧਰ ਇਹ ਪੱਟੀ ਜਿਹੜੇ ਨੇ ਤੇ ਆਏ ਨੇ ਉਤਲੋਂ ਗੁਰਦਾਸਪੁਰ ਕਿਹੜਾ ਪਿੰਡ ਸੀ ਤੁਹਾਡਾ ਮੀਰ ਕਚਾਣਾ ਤੁਸੀਂ ਕਿਦੋਂ ਦੇ ਆ ਕੇ ਇੱਥੇ ਬਾਦ ਹੋਏ ਸੀ ਰਾਜਪੂਤ ਫਿਰ ਉਧਰੋਂ ਆਏ ਨਾ ਇੰਡੀਆ ਤੋਂ ਜ਼ਿਆਦਾ ਉਧਰ ਹੁਸ਼ਿਆਰਪੁਰ ਜਲੰਧਰ ਬਰਾਦਰੀ ਵੀ ਇੱਧਰ ਆਪਣੇ ਇਲਾਕੇ ਚ ਜੱਟ ਸਨ ਸ਼ੁਰੂ ਤੋਂ ਅਸੀਂ ਰਹਿਣ ਵਾਲਾ ਫਿਰ ਰਾਜਪੂਤ ਨੇ ਇੱਥੇ ਅੰਮ੍ਰਿਤਦਾਰ ਨੇ ਬਾਬੇ ਸਾਡੇ ਜੱਟ ਨੇ ਚੌਧਰੀ ਮੱਲੇ ਫਿਰ ਲਿਆਂਦੇ ਨੇ ਬਾਜਵੇ ਗੱਖੜ ਗਰਾਏ ਨਿਚੀਮੇ ਹੋਣਾ ਹਾਂਜੀ ਇਹ ਉਹਨਾਂ ਉੱਥੋਂ ਝੂੜਕਾਣੇ ਲਿਆਂਦੇ ਸਨ ਜਿਹੜੇ ਹੁਣ ਫਰੂਕਾਬਾਦ ਪਹਿਲਾਂ 47 ਤੋਂ ਪਹਿਲਾਂ ਦੇ ਸਿੱਖਾਂ ਦੇ ਹੁੰਦੇ ਆ।